जस पंजाबी देखने वाले ते पंजाबी मां बोली नूं प्यार करने वाले प्यारे प्यारे पंजाबियों नूं मेरे वल्लों प्यार भरी सत श्री अकाल। मैं हाजिर हाँ जी जगतार सिंह जग्गी लैके अज दा खास प्रोग्राम कंपस फंडिंग सोल्यूशन। सो असी इस प्रोग्राम दे विच अक्सर साडे दर्शक जाणदे ने चंगी तरह कि खास तौर पर ट्रकिंग इंडस्ट्री दे नाल संबंधित कोई भी फंडिंग हैगी आ उहदी असी गल करी दी आ, उहदा जिक्र करी दा, उहदियां की पॉइंट्स हैगे ने, किवें असी वध पैसे बचा सकदे आ, उह गल करी दी आ। ते इह बड़ी चंगी गल इह है कि साडे स्टूडियो दे विच आउंदे ने सरदार दविंदर सिंह जी। वैसे इहनां दा हैड ऑफिस जिहड़ा हैगा इलानोइस हैगा, बहुत सारे ऑफिस ने अलग अलग जगह कंपस वालों के, पर जदों कैलीफोर्निया आउंदे ने फिर स्टूडियो दे विच आ के, ते जे लाइव संभव होवे तो लाइव नहीं तो फिर प्रोग्राम रिकॉर्ड करते हैं। अज लाइव साडे स्टूडियो दे विच आए हुए हैं कैलीफोर्निया स्टूडियो दे विच। सब तो पहला इन्हां दा बहुत बहुत स्वागत करते हैं जी, ते नाल नाल धन्नवाद भी करते हैं इन्नी वधिया जानकारी देने लई। जी दविंदर भाई जी सत श्री अकाल, बहुत बहुत स्वागत जी। थैंक यू जी। तुसीं एक तो सब तो चंगी गल जिहड़ी इह है वी तुसीं कैलीफोर्निया च गेड़ा लाउंदे रहिंदे हो। ਇੱਕ ਤਾਂ ਸ਼ਿਕਾਗੋ ਦੇ ਔਰ ਇਧਰਲੇ ਵੈਦਰ ਦਾ ਆਪਸ ਵਿੱਚ ਮਿਕਸ ਐਂਡ ਮੈਚ ਹੋ ਜਾਂਦਾ ਬਹੁਤ। ਹਾਂਜੀ ਬਿਲਕੁਲ, ਉਧਰ ਠੰਡ ਪੈਂਦੀ ਅਸੀਂ ਇੱਧਰ ਆ ਜਾਂਦੇ ਆ। ਤੇ ਇੱਕ ਫਿਰ ਤੁਸੀਂ ਕੈਲੀਫੋਰਨੀਆ ਹਰ ਮਹੀਨੇ ਆਉਂਦੇ ਹੋ, ਮਹੀਨੇ ਦੇ ਐਂਡ ਤੇ ਤਕਰੀਬਨ ਇੱਥੇ ਹੁੰਦੇ ਹੋ ਕੈਲੀਫੋਰਨੀਆ ਦੇ ਵਿੱਚ ਲਗਭਗ ਹਫ਼ਤਾ 10 ਦਿਨ। ਤੇ ਉਦੋਂ ਇੱਕ ਫਿਰ ਤੁਹਾਡੇ ਜਿੰਨੇ ਇੱਥੇ ਹੈਗੇ ਨੇ ਦੋਸਤ ਮਿੱਤਰ ਕਹਿ ਲਓ, ਚਾਹੇ ਤੁਹਾਡੇ ਕਲਾਇੰਟਸ ਕਹਿ ਲਓ, ਚਾਹੇ ਕੰਮ ਕਾਰ ਦੀ ਗੱਲ ਕਰੋ, ਉਹ ਤੁਸੀਂ ਕਰਦੇ ਹੋ, ਬੜੀ ਚੰਗੀ ਗੱਲ ਹੈ। ਬਿਲਕੁਲ ਬਿਲਕੁਲ। ਤੇ ਇਹ ਇੱਕਦਮ ਆ ਕੇ ਮਤਲਬ ਉਧਰੋਂ ਮੇਰੇ ਖਿਆਲ 2 ਘੰਟੇ ਦਾ ਟਾਈਮ ਦਾ ਫਰਕ ਹੈ ਇੱਧਰ ਦਾ। ਹਾਂਜੀ 2 ਘੰਟੇ 2 ਘੰਟੇ ਦਾ, ਪਰ ਇਹ ਤਾਂ ਕੀ ਬਾਹਲਾ ਫਰਕ ਪੈਣਾ, ਨਹੀਂ ਤਾਂ ਕਈਆਂ ਨੂੰ ਉਹ ਵੀ ਹੋ ਜਾਂਦਾ ਨਾ ਜੈਟ ਲੈਗ ਕੀ ਕਹਿੰਦੇ ਆ। ਜੈਟ ਲੈਗ ਜੀ, ਨਹੀਂ ਉਹ ਹੱਲੇ ਵੀ ਹੁੰਦਾ ਵੇ, ਕਦੀ ਕਦੀ ਸਵੇਰੇ ਸਵੇਰੇ ਜਲਦੀ ਉੱਠ ਜਾਂਦਾ। ਅੱਛਾ। ਤੇ ਸ਼ਾਮੀ ਬੰਦਾ ਥੱਕ ਜਾਂਦਾ ਵੇ, ਪਰ ਕੋਈ ਗੱਲ ਨਹੀਂ 2 ਘੰਟੇ ਦਾ ਕੋਈ ਨਹੀਂ। ਵਧੀਆ, ਤੁਸੀਂ ਬਹੁਤ ਐਕਟਿਵ ਹੋ ਬਹੁਤ। ਅਸੀਂ ਜਦੋਂ ਤੁਹਾਡੇ ਕੋਲ ਗਏ ਵੀ ਸੀ, ਤੇ ਤੁਹਾ ਆਪਣੇ ਜਿਹੜੇ ਹੈਗੇ ਨੇ ਮਿਸਟਰ ਕੀ ਨਾਮ ਸੀ ਉਹਨਾਂ ਦਾ, ਜਿਹੜੇ ਰੋਏ ਡੋਰਸ ਦੇ ਵਿੱਚ, ਹਾਂਜੀ, ਤੇ ਉਹ ਵੀ ਬਹੁਤ ਤਾਰੀਫ ਕਰਦੇ ਸੀ ਤੁਹਾਡੀ ਵੀ। ਸਾਡੇ ਦਵਿੰਦਰ ਸਿੰਘ ਜੀ ਕਰਕੇ ਸਾਰਾ ਕੰਮ ਅਸੀਂ ਬਹੁਤ ਵਧੀਆ ਖਿੱਚਿਆ ਸਾਰਿਆਂ ਨੇ। ਹਾਂਜੀ। ਔਰ ਕੱਲਾ ਫੰਡਿੰਗ ਦਾ ਨਹੀਂ ਹੈ, ਨਾਲ ਟਰੱਕ ਟ੍ਰੇਲਰ ਦਾ ਵੀ ਹੈਗਾ। ਬਿਲਕੁਲ ਜੀ, ਨਾਲ ਤੁਹਾਡਾ ਉੱਥੇ ਉਹ ਵੀ ਹੈਗੇ ਨੇ ਇਕਵਿਪਮੈਂਟ ਫਾਈਨੈਂਸ, ਇੰਸ਼ੋਰੈਂਸ ਦਾ ਵੀ ਹੈਗਾ, ਸਾਡਾ ਫਿਊਲ ਦਾ, ਟ੍ਰੇਲਰ ਟਰੱਕ ਜੋ ਸਾਰੇ ਲੀਸ ਤੇ ਵੀ ਦੇਖੇ। ਬਿਲਕੁਲ। ਹਾਂਜੀ। ਤੇ ਚਲੋ ਜੀ ਕੰਮ ਕਾਰ ਐਂ ਚੱਲਦੇ ਆ, ਤੇ ਅਸੀਂ ਹੁਣ ਅੱਜ ਫਿਰ ਕੰਪਸ ਦੇ ਨਾਲ ਜਿਹੜੀ ਕੰਪਸ ਵੱਲੋਂ ਜਾਣਨਾ ਚਾਹੁੰਦੇ ਹਾਂ ਸਾਡੇ ਦਰਸ਼ਕਾਂ ਵਾਸਤੇ, ਫੰਡਿੰਗ ਦੀ ਗੱਲ ਅਸੀਂ ਹਮੇਸ਼ਾ ਕਰੀਦੀ ਆ ਟਰੱਕਿੰਗ ਨਾਲ ਸੰਬੰਧਿਤ ਕੋਈ ਵੀ ਗੱਲ ਹੋਵੇ ਟਰੱਕਿੰਗ ਇੰਡਸਟਰੀ ਨਾਲ। ਅਤੇ ਇੱਕ ਇਹਦੇ 'ਚ ਸਾਡੇ ਅਸੀਂ ਪ੍ਰੋਗਰਾਮ ਕੀਤਾ ਸੀ, ਅਸੀਂ ਗਏ ਸੀ ਉੱਧਰ ਮਿਡ ਵੈਸਟ ਇੰਡੀਅਨ ਐਪਲਸ ਗਏ ਸੀ, ਤੁਹਾਡੇ ਗਏ ਹਾਂ। ਹਾਂਜੀ। ਉਦੋਂ ਕੋਈ ਇੱਕ ਬੰਦਾ ਵੈਸੇ ਸੀ ਗੈਸਟ ਸਾਡਾ ਬਣਿਆ, ਅਤੇ ਉਹ ਦੱਸਦਾ ਸੀ ਵੀ ਇਹਦੇ ਵਿੱਚ ਤਾਂ ਇੰਨਾ ਕੁ ਇੰਨੇ ਕੁ ਲੂਪਹੋਲ ਨੇ ਜੀ, ਯਾਨੀ ਕਿ ਥੋੜ੍ਹੇ ਥੋੜ੍ਹੇ ਪੈਸੇ ਵੀ ਜੇ ਬਚਾਈਏ ਤਾਂ ਉਹ ਕਹਿੰਦਾ ਵੀ ਮੈਂ ਆਪਦੇ ਭਰਾ ਦੀ ਕੰਪਨੀ 'ਚ ਗਿਆ ਅਕਾਊਂਟ, ਸੋ ਕਹਿੰਦਾ 2 ਮਹੀਨੇ ਦੇਖ ਲਾ। ਹਾਂਜੀ। ਅਤੇ ਪਹਿਲੇ ਮਹੀਨੇ $80,000 ਦਾ ਫਰਕ ਬਿਲਕੁਲ ਨਿਕਲ ਆਇਆ। ਬਿਲਕੁਲ। ਅਤੇ ਮੈਂ ਉਹਨੂੰ ਪੁੱਛਿਆ ਵੀ ਕਿਵੇਂ ਹੇਰਾ ਫੇਰੀ ਸੀ ਕੋਈ, ਨਹੀਂ ਕਹਿੰਦਾ ਕੋਈ ਹੇਰਾ ਫੇਰੀ ਨਹੀਂ ਸੀ, ਸਿਰਫ ਚੀਜ਼ਾਂ ਹੀ ਸੀਗੀਆਂ ਇੱਧਰ ਉੱਧਰ ਕੀਤੀ, ਛੋਟੀਆਂ ਛੋਟੀਆਂ ਇੱਧਰ ਉਹ ਚੀਜ਼ ਇੱਧਰ ਕੀਤਾ। ਅਤੇ ਹਾਂ ਬਿਲਕੁਲ। ਅਤੇ ਅਸੀਂ ਕੰਪਸ ਦੀ ਗੱਲ ਕਰੀਏ ਤਾਂ ਕੰਪਸ ਵੀ ਅਕਸਰ ਇਹੀ ਸਲਾਹ ਦਿੰਦਾ ਕਿ ਕਿਵੇਂ ਅਸੀਂ ਪੈਸੇ ਬਚਾ ਸਕਦੇ ਹਾਂ, ਕਿੱਥੇ ਕਿੱਥੇ ਪੈਸੇ ਕਿਵੇਂ ਕਿਵੇਂ ਖਰਚ ਕੇ ਅਤੇ ਕਿਵੇਂ ਕਿਵੇਂ ਅਸੀਂ ਬਹੁਤ ਸਾਰੀ ਕਮਾਈ ਕਰ ਸਕਦੇ। ਬਿਲਕੁਲ ਜੀ, ਬਿਲਕੁਲ। ਅਤੇ ਪਹਿਲਾਂ ਅਸੀਂ ਗੱਲ ਕਰੀਏ ਵੀ ਨਵਾਂ ਟਰੱਕ ਜੇ ਕਿਸੇ ਨੇ ਲੈਣਾ, ਵੈਸੇ ਤਾਂ ਤੁਹਾਡੇ ਕੋਲ ਟਰੱਕ ਵੀ ਹੈ, ਟ੍ਰੇਲਰ ਵੀ ਹੈਗੇ ਉੱਥੇ? ਟਰੱਕ ਵੀ ਹੈਗੇ ਨੇ, ਟ੍ਰੇਲਰ ਵੀ ਨੇ, ਪਰ ਇਸ ਵਕਤ ਮੁਸ਼ਕਿਲ ਕੀ ਹੈ ਭਾਅ ਜੀ, ਦੇਖੋ ਇਸ ਵਕਤ ਟਰੱਕ ਦੀ ਜਿਹੜੀ ਹੈਗੀ ਹੈ ਕਮੀ ਹੈਗੀ ਹੈ, ਟ੍ਰੇਲਰ ਵੀ ਨਹੀਂ ਹੈਗੇ, ਕਿਉਂਕਿ ਦੇਖੋ ਜਿਹੜੇ ਚਿਪ ਸੀਗੇ ਸਾਡੇ, ਚਿਪ ਤੇ ਸ਼ੋਰਟੇਜ ਨੇ, ਹੁਣ ਤੁਸੀਂ ਗੱਡੀਆਂ ਵੀ ਦੇਖੋ, ਗੱਡੀਆਂ ਵੀ ਮਹਿੰਗੀਆਂ ਹੋ ਗਈਆਂ ਨੇ। ਬਿਲਕੁਲ। ਸੇਮ ਥਿੰਗ ਘਰ ਵੀ ਮਹਿੰਗੇ, ਘਰ ਵੀ ਮਹਿੰਗੇ ਹੋ ਗਏ। ਹਾਂਜੀ ਹਾਂਜੀ। ਸੋ ਥੋੜ੍ਹੀ ਜਿਹੀ ਬੈਕਲੌਗ ਹੈਗੀ ਹੈ, ਵੇਟਿੰਗ ਲਿਸਟ ਹੈਗੀ ਹੈ, ਪਰ ਹਾਂਜੀ ਅਸੀਂ ਤੁਹਾਨੂੰ ਸੈੱਟ ਕਰ ਸਕਦੇ ਹਾਂ ਤਾਂ ਕਿ ਜਦੋਂ ਟਰੱਕ ਆ ਵੀ ਜਾਏ ਤੁਹਾਨੂੰ ਮਿਲ ਜਾਏਗਾ ਉਹ ਟਰੱਕ। ਅੱਛਾ, ਮੈਂ ਇਹੀ ਗੱਲ ਕਰ ਰਿਹਾ ਸੀ ਵੀ ਜਿਹੜੇ ਸਾਡੇ ਦਰਸ਼ਕਾਂ ਵਾਸਤੇ ਕਿ ਮੰਨ ਲਓ ਕਿਸੇ ਨੇ ਟਰੱਕ ਜਿਹੜਾ ਉਹ ਲੈਣਾ, ਹਾਂਜੀ, ਅਤੇ ਟਰੱਕ ਲੈਣ ਬਾਰੇ ਸੋਚ ਰਿਹਾ ਜੀ, ਉਹ ਜਦੋਂ ਤੁਹਾਡੇ ਕੋਲ ਆ ਜਾਏਗਾ ਤਾਂ ਬਾਕੀ ਟਰੱਕਾਂ ਨਾਲ ਸੰਬੰਧਿਤ ਸਾਰਾ ਕੁਛ ਹੀ ਤੁਹਾਡੇ ਕੋਲ ਹੁੰਦਾ ਹੈ। ਟਰੱਕਿੰਗ ਦੀ ਫੰਡਿੰਗ ਦੀ ਗੱਲ ਕਰੀਏ, ਬਿਲਕੁਲ, ਸਭ ਤੋਂ ਪਹਿਲਾਂ ਕੰਮ ਆ ਗਿਆ ਜੀ ਟਰੱਕਿੰਗ ਨੂੰ ਲੈਣ ਵਾਸਤੇ ਲੋਨ ਦਾ ਜੀ। ਅਤੇ ਜੇ ਕੋਈ ਟਰੱਕ ਦਾ ਮੂਡ ਬਣਾਉਂਦਾ ਤਾਂ ਉਹ ਤੁਹਾਡੇ ਕੋਲ ਆ ਕੇ ਟਰੱਕ ਜਾਂ ਟ੍ਰੇਲਰ ਬੁੱਕ ਕਰਾਉਂਦਾ, ਅਤੇ ਫਿਰ ਲੋਨ ਵਗੈਰਾ ਦਾ ਵੀ ਤੁਸੀਂ ਸਾਰਾ ਉਹਨਾਂ ਦਾ ਕਰਾਉਂਦੇ ਹੋ? ਲੋਨ ਦੀ ਵੀ ਅਸੀਂ ਮਦਦ ਕਰਦੇ ਹਾਂ, ਜਿਹੜੀ ਇਕੁਇਪਮੈਂਟ ਫਾਈਨੈਂਸ ਹੁੰਦੀ ਹੈ, ਅਤੇ ਉਹ ਜਿਹੜਾ ਪੇਪਰ ਵਰਕ ਅਸੀਂ ਤੁਹਾਨੂੰ ਹੈਲਪ ਕਰਾਂਗੇ ਉਹ ਭਰਨ 'ਚ, ਅਤੇ ਲੋਨ ਵੀ ਉੱਥੋਂ ਲੈ ਸਕਦੇ ਆ, ਫਿਰ ਉਸ ਤੋਂ ਬਾਅਦ ਇੰਸ਼ੋਰੈਂਸ ਵੀ ਚਾਹੀਦਾ ਤੁਹਾਨੂੰ, ਉਹ ਵੀ ਉੱਥੋਂ ਹੀ ਮਿਲ ਜਾਏਗਾ। ਦੇਖੋ ਜੀ, ਇੰਸ਼ੋਰੈਂਸ ਤੋਂ ਬਿਨਾਂ ਤਾਂ ਗੱਡੀ ਟਰੱਕ ਬਾਹਰ ਨਿਕਲਣਾ ਨਹੀਂ। ਬਿਲਕੁਲ। ਅਤੇ ਇੰਸ਼ੋਰੈਂਸ ਜਿਹੜਾ ਹੈਗਾ ਉਹ ਵੀ ਬਹੁਤ ਜ਼ਰੂਰੀ ਹੈਗਾ। ਸੋ ਇਹ ਕਹਿ ਸਕਦੇ ਵੀ ਟਰੱਕਿੰਗ ਨਾਲ ਸੰਬੰਧਿਤ ਸਾਰੀਆਂ ਜ਼ਰੂਰਤਾਂ ਜਿਹੜੀਆਂ ਇੱਕੋ ਛੱਤ ਥੱਲੇ ਪੂਰੀਆਂ ਹੋ ਸਕਦੀਆਂ। ਬਿਲਕੁਲ। ਅਤੇ ਤੁਸੀਂ ਇੰਸ਼ੋਰੈਂਸ ਦਾ ਜ਼ਿਕਰ ਕੀਤਾ ਤਾਂ ਆਪਾਂ ਇੰਸ਼ੋਰੈਂਸ ਦੀ ਪਹਿਲਾਂ ਗੱਲ ਕਰ ਲੈਂਦੇ ਹਾਂ। ਚਲੋ। ਅਤੇ ਇੰਸ਼ੋਰੈਂਸ ਇੱਕ ਤੁਸੀਂ ਬੜਾ ਵਧੀਆ, ਮੈਂ ਤਾਂ ਆਪ ਹੈਰਾਨ ਰਹਿ ਗਿਆ ਪਹਿਲਾਂ ਜਦੋਂ ਮੈਂ ਤੁਹਾਡਾ, ਤੁਸੀਂ ਮੈਨੂੰ ਦੱਸਿਆ, ਜਦੋਂ ਮੇਰੀ ਸਮਝ ਆਈ ਅਸਲ ਦੇ ਵਿੱਚ ਗੱਲ,
ਮੈਨੂੰ ਪਹਿਲਾਂ ਤੁਸੀਂ ਦੱਸਿਆ, ਮੈਨੂੰ ਸਮਝ ਨਹੀਂ ਆਈ ਵੀ ਠੀਕ ਹੈ ਜੀ ਇੰਸ਼ੋਰੈਂਸ ਹੋਣੇ ਆ, ਬਚਦੇ ਹੋਣੇ, ਕਿੱਦਾਂ ਬਚਦੇ ਹੋਣੇ, ਕੋਈ ਹਿਸਾਬ ਨਹੀਂ। ਹਾਂਜੀ, ਪਰ ਜਦੋਂ ਮੇਰੇ ਸਮਝ ਗੱਲ ਆਈ, ਮੈਂ ਕਿਹਾ ਵੀ ਜੇ ਮੇਰੀ ਗੱਲ ਸਮਝ ਨਹੀਂ ਆਈ ਤੇ ਜਿਹੜੇ ਸਾਡੇ ਦਰਸ਼ਕ ਵੀ ਹੋ ਸਕਦਾ ਉਹਨਾਂ ਦੀ ਗੱਲ ਸਮਝ ਨਾ ਪਹਿਲਾਂ ਆਉਂਦੀ ਹੋਵੇ, ਉੱਪਰ ਉੱਪਰ ਲੱਗ ਹੋ ਜਾਂਦੀ ਕਈ ਵਾਰੀ ਜੀ। ਪਰ ਜਦੋਂ ਸਮਝ ਆਈ ਉਦੋਂ ਪਤਾ ਲੱਗਿਆ ਵੀ ਵਾਕਿਆ ਹੀ ਇੰਸ਼ੋਰੈਂਸ ਦੇ ਵਿੱਚ ਅਸੀਂ ਗੱਲ ਕਰਦੇ ਹੁੰਦੇ ਵੀ 2000 ਟਰੱਕ ਦੀ ਹੋਊਗੀ, 3 ਹੋਊਗੀ, ਜੋ ਗੱਡੀ ਦੀ 2-400 ਹੈਗੀ ਆ। ਬਿਲਕੁਲ। ਅਤੇ ਪਰ ਤੁਸੀਂ ਜਦੋਂ ਦੱਸਿਆ ਸਮਝ ਇਹ ਆਈ ਵੀ 2-3 ਹਜ਼ਾਰ ਤੋਂ 2000 ਤੋਂ ਲੈ ਕੇ 7000 ਤੱਕ ਪਰ ਟਰੱਕ ਇੰਸ਼ੋਰੈਂਸ ਬਚਾ ਸਕਦੇ। ਬਿਲਕੁਲ ਬਿਲਕੁਲ। ਅਤੇ ਫਿਰ ਬੜੀ ਹੈਰਾਨੀ ਹੋਈ, ਵਾਕਿਆ ਵੀ ਇਹੋ ਜਿਹਾ ਕੁਛ ਹੈਗਾ ਜੀ। ਸੋ ਸਭ ਤੋਂ ਪਹਿਲਾਂ ਅੱਗੇ ਵੀ ਵੈਸੇ ਅਸੀਂ ਦੱਸੀ ਦਾ ਦਰਸ਼ਕਾਂ ਨੂੰ, ਸਾਡੇ ਦਰਸ਼ਕ ਨਵੇਂ ਜੁੜੇ ਹੋ ਸਕਦੇ ਆ, ਇਸ ਇੰਸ਼ੋਰੈਂਸ ਬਾਰੇ ਦੱਸੋ ਜੀ ਵੀ ਕਿ ਜਿਹੜੀ ਇਹ 2-7 ਹਜ਼ਾਰ ਤੱਕ ਕਿਵੇਂ ਬਚਾ ਸਕਦੇ ਅਤੇ ਉਹਦੇ ਵਾਸਤੇ ਕੀ ਕਰਨਾ ਪਏਗਾ। ਬਿਲਕੁਲ, ਦੇਖੋ ਪਹਿਲੀ ਚੀਜ਼ ਹੈਗੀ ਹੈ ਕਿ ਜਿਹੜੀ ਇੰਸ਼ੋਰੈਂਸ ਹੁੰਦੀ ਹੈ ਨਾ, ਦੋ ਕਿਸਮ ਦੀਆਂ ਇੰਸ਼ੋਰੈਂਸਿਸ ਹੁੰਦੀਆਂ ਨੇ। ਇੱਕ ਹੁੰਦੀ ਹੈ ਓਪਨ ਮਾਰਕੀਟ, ਇੱਕ ਹੁੰਦੀ ਹੈ RRG, ਸਾਡੀ ਜਿਹੜੀ ਰਿਸਕ ਟੈਂਸ਼ਨ ਗਰੁੱਪ ਜਿਹਨੂੰ ਅਸੀਂ ਕਹਿੰਦੇ ਹਾਂ। ਜੀ, ਜਿਹੜੀ ਰਿਸਕ ਟੈਂਸ਼ਨ ਗਰੁੱਪ ਹੈ ਉਹ ਜਿਹੜਾ ਹੈਗਾ ਉਹ ਤੁਹਾਡੇ ਗਰੋਸ ਦੇ ਉੱਤੇ ਚੱਲਦਾ ਹੋਵੇ। ਗਰੋਸ ਕੀ ਹੈਗਾ ਕਿ ਤੁਸੀਂ ਕਿੰਨਾ ਕੁ ਗਰੋਸ ਇਨਕਮ ਤੁਸੀਂ ਕਰਦੇ ਹੋ, ਹੈ ਨਾ। ਜੇ ਤੁਹਾਡੀ ਗਰੋਸ ਘੱਟ ਹੋਏ ਫਿਰ ਤੁਹਾਡਾ ਜਿਹੜਾ ਪ੍ਰੀਮੀਅਮ ਹੈ ਉਹ ਘੱਟ ਹੋਏਗਾ, ਜੇ ਤੁਹਾਡਾ ਗਰੋਸ ਜ਼ਿਆਦਾ ਹੋਏ ਉਹ ਜ਼ਿਆਦਾ ਹੋਏਗਾ। ਸੋ ਜਿਹੜੀ ਕੰਪਨੀ ਹੁਣ ਆਪਣੇ ਆਪ ਨੂੰ ਬਿਲਡ ਕਰਨਾ ਚਾਹੁੰਦੀ ਹੈ ਜੀ, ਰਾਈਟ, ਅਤੇ ਦੋ ਚੀਜ਼ਾਂ ਨੇ। ਇੱਕ ਤਾਂ ਹੈ ਜਿਹੜੀ ਇੰਸ਼ੋਰੈਂਸ ਕੰਪਨੀ ਹੋਏ, ਹੁਣ ਜਿਵੇਂ ਪ੍ਰੋਗਰੈਸਿਵ ਹੋਏ ਜਾਂ ਕੋਈ ਹੋਰ ਹੋਏ, ਹੈ ਨਾ, ਉਹ ਤੁਹਾਨੂੰ 1 ਜਾਂ 2 ਟਰੱਕ ਤੋਂ ਜ਼ਿਆਦਾ ਨਹੀਂ ਐਡ ਕਰਨ ਦੇਗੀ ਸਾਲ ਦੇ ਵਿੱਚ। ਅੱਛਾ, ਜੇ ਵੀ ਹੈ। ਹਾਂਜੀ, ਕਿਉਂਕਿ ਇਹ ਰਿਸਕ ਹੈ, ਹੈ ਨਾ, ਕਿਉਂਕਿ ਉਹਨਾਂ ਨੂੰ ਕਵਰ ਕਰਨਾ ਪਏਗਾ। ਹੁਣ ਜਿੰਨੇ ਜ਼ਿਆਦਾ ਟਰੱਕਸ ਹੋਣਗੇ ਉਹ ਉਨੇ ਜ਼ਿਆਦਾ ਕਲੇਮ ਹੋ ਸਕਦੇ ਨੇ। ਸੋ ਇਹ ਉਹਨਾਂ ਦਾ ਕੰਮ ਹੁੰਦਾ ਵੇ ਕਿ ਦੇ ਹੈਵ ਟੂ ਸੀ ਕਿ ਕਿੱਥੇ ਰਿਸਕ ਹੈ ਕਿੱਥੇ ਨਹੀਂ ਹੈ। ਜੀ, ਜਿਹੜਾ ਸਾਡਾ RRG ਹੈ, ਰਿਸਕ ਟੈਂਸ਼ਨ ਗਰੁੱਪ ਜਿਹੜੀ ਹੈਗੀ ਹੈ, ਬਿਕਾਜ਼ ਉਹ ਬੇਸ ਹੈਗਾ ਵੇ ਗਰੋਸ ਦੇ ਉੱਤੇ, ਜਿੰਨੇ ਵੀ ਟਰੱਕ ਐਡ ਕਰਨਾ ਚਾਹੋ ਇੱਕ ਸਾਲ ਦੇ ਵਿੱਚ ਤੁਸੀਂ ਕਰ ਸਕਦੇ ਹੋ। ਅੱਛਾ, ਤੁਹਾਡੀ ਕੰਪਸ ਦੀ ਇਹ ਖਾਸੀਅਤ ਹੈਗੀ ਆ। ਬਿਲਕੁਲ, ਕਿ ਤੁਸੀਂ ਇਹਦੇ 'ਚ ਜਿੰਨੇ ਮਰਜ਼ੀ ਟਰੱਕ ਐਡ ਕਰ ਲਓ, ਤਾਂ ਮੰਨ ਲਓ ਜੇ ਕਿਸੇ ਦੇ ਅਸੀਂ ਮਿਨੀਮਮ ਜਾਂ 10 ਟਰੱਕ ਵੀ ਮੰਨ ਲਈਏ, ਵੈਸੇ ਤਾਂ ਲੋਕਾਂ ਦੇ ਸੈਂਕੜਿਆਂ ਦੇ ਵੀ ਟਰੱਕ ਨੇ, 100ਾਂ ਦੇ 700-800 ਟਰੱਕ ਹੈਗੇ ਨੇ, ਅਤੇ ਜੇ ਅਸੀਂ 10 ਕੁ ਵੀ ਟਰੱਕ ਮੰਨ ਲਈਏ, 10 ਟਰੱਕਾਂ ਦਾ ਵਾਲੀ ਮੇਰੇ ਖਿਆਲ ਬਹੁਤ ਫਰਕ ਪੈ ਜਾਂਦਾ ਜੀ, ਸਾਰੇ ਖਰਚੇ ਨਿਕਲਦੇ ਆ, ਬਹੁਤ ਫਰਕ ਪੈ ਜਾਂਦਾ ਅਤੇ ਇੰਸ਼ੋਰੈਂਸ ਦੇ। ਹਾਂਜੀ, ਹੁਣ ਜੇ ਤੁਸੀਂ ਦੇਖੋ ਜੇ ਤੁਸੀਂ 5000 ਤੁਸੀਂ ਇੱਕ ਟਰੱਕ ਦੇ ਉੱਤੇ ਬਚਾਓ ਜੀ, 10 ਟਰੱਕ ਤੁਸੀਂ ਪਾ ਲਏ, ਕਿੰਨੇ ਕੁ ਤੁਸੀਂ ਬਚਾਏ? ਬਹੁਤ ਸਾਰੇ ਪੈਸੇ ਤੁਸੀਂ ਉੱਥੇ ਹੀ, ਤੁਹਾਡਾ ਹੋ ਗਿਆ 50,000 ਤੇ, ਉੱਥੇ ਹੀ ਹੋ ਗਿਆ। ਬਿਲਕੁਲ, ਤੁਸੀਂ 80,000 ਦਾ ਕਹਿ ਰਹੇ ਹੋ, ਇੱਥੇ ਤਾਂ 50,000 ਬਸ ਇੰਸ਼ੋਰੈਂਸ ਵਿੱਚ ਹੀ ਤੁਹਾਡਾ ਹੋ ਗਿਆ। ਹਾਂਜੀ, ਰਾਈਟ। ਸੋ ਹੁਣ ਸਾਡੇ ਕੋਲ ਇੱਕ ਕਲਾਇੰਟ ਹੈਗਾ ਵੇ ਜਿਹਦੇ ਕੋਲ 8 ਟਰੱਕ ਸੀਗੇ, ਅਤੇ ਇਸ ਮਹੀਨੇ ਉਹਨੇ 30 ਟਰੱਕ ਐਡ ਕੀਤੇ ਨੇ, ਉਹ ਫਲੋਰਿਡਾ 'ਚ ਬੈਠਾ ਹੋਇਆ ਵੇ। ਅੱਛਾ ਜੀ। ਕਿਸੇ ਹੋਰ ਕੰਪਨੀ ਦੇ ਨਾਲ, ਇੰਸ਼ੋਰੈਂਸ ਕੰਪਨੀ ਦੇ ਨਾਲ ਨਹੀਂ ਕਰ ਸਕਿਆ ਸੀਗਾ, ਇਸ ਲਈ ਜਦੋਂ ਅਸੀਂ ਉਹਨੂੰ ਕੰਪਸ ਦੇ ਉਹਦੇ 'ਚ ਪਾਇਆ ਸੀ RRG ਦੇ ਵਿੱਚ, ਉਹ ਬੜਾ ਖੁਸ਼ ਹੋਇਆ। ਉਹਨੇ ਕਿਹਾ ਚਲੋ ਮੇਰੇ ਕੋਲ ਇੱਕ ਵੱਡਾ ਜਿਹਾ ਉਹ ਕੰਟਰੈਕਟ ਹੁਣ ਮਿਲਿਆ ਵੇ, ਮੈਂ 30 ਟਰੱਕ ਐਡ ਕਰਨਾ ਚਾਹੁੰਦਾ ਵਾ, ਕਰ ਸਕਦਾ? ਜ਼ਰੂਰ। ਬਹੁਤ ਵਧੀਆ ਗੱਲ ਹੈ ਜੀ। ਅੱਛਾ, ਅਗਲਾ ਮੈਂ ਸਵਾਲ ਕਰਨ ਤੋਂ ਪਹਿਲਾਂ ਇੱਕ ਸਾਡੇ ਦਰਸ਼ਕਾਂ ਦਾ ਸਵਾਲ ਹੈਗਾ। ਸਾਨੂੰ ਕਈ, ਮੈਨੂੰ ਫੋਨ ਆਉਂਦੇ ਕਿਉਂਕਿ ਮੇਰਾ ਸੈੱਲ ਨੰਬਰ ਵੀ ਅਕਸਰ TV 'ਤੇ ਆਉਂਦਾ ਰਹਿੰਦਾ, ਅਤੇ ਉਹ ਕਹਿੰਦੇ ਜੀ ਫੋਨ ਲੱਗਦਾ ਨਹੀਂ ਤੁਹਾਡਾ। ਹਾਂਜੀ, ਅਸੀਂ ਐਕਚੁਅਲੀ ਫਿਰ ਮੈਂ ਤੁਹਾਨੂੰ ਗੱਲ ਵੀ ਕਰਾਈ ਸੀ, ਚਲੋ ਆਪਾਂ ਇਹ ਵੀ ਥੋੜ੍ਹਾ ਜਿਹਾ ਕਲੀਅਰ ਕਰ ਦਿਓ ਵੀ ਫੋਨ ਦਾ ਕੀ ਪ੍ਰੋਸੀਜਰ ਹੈਗਾ, ਫੋਨ ਕਿਵੇਂ ਤੁਹਾਨੂੰ ਸੰਪਰਕ ਕਰ ਸਕਦੇ, ਜੇ ਫੋਨ ਨਹੀਂ ਲੱਗਦਾ ਤਾਂ ਫਿਰ ਕਿਵੇਂ ਸੰਪਰਕ ਕਰ ਸਕਦੇ? ਦੇਖੋ, ਫੋਨ ਨੰਬਰ ਅਸੀਂ ਟੈਸਟ ਵੀ ਕੀਤਾ ਸੀਗਾ, ਅਤੇ ਜਿਹੜੇ ਸੱਜਣ ਨੇ ਸਾਨੂੰ ਕਾਲ ਕਰਕੇ ਗੱਲ ਕੀਤੀ ਸੀਗੀ, ਬਿਸ਼ੱਕ ਸ਼ਾਇਦ ਉਹਨਾਂ ਨੇ ਗਲਤ ਨੰਬਰ ਡਾਇਲ ਕੀਤਾ ਹੋਏਗਾ, ਪਰ ਅਸੀਂ ਇਹ ਹੋ ਸਕਦਾ ਵੇ। ਹੁਣ ਅਸੀਂ ਇਹ ਟੈਸਟ ਵੀ ਕੀਤਾ ਸੀਗਾ, ਅਤੇ ਇਹ ਨੰਬਰ ਡਾਇਲ ਕਰਕੇ ਤੁਸੀਂ ਜੇ 3 ਦਬਾ ਦਿਉ ਨਾ ਜੀ, ਤਾਂ ਸਾਨੂੰ ਸਿੱਧੀ ਕਾਲ ਮੇਰੇ ਸੈੱਲਫੋਨ 'ਤੇ ਵੀ ਆ ਜਾਏਗੀ, ਦਫ਼ਤਰ ਦੇ ਆਫਿਸ ਦੇ ਵਿੱਚ ਵੀ ਆ ਜਾਏਗੀ, ਅਤੇ ਸਾਡੇ 3 ਹੋਰ ਪੰਜਾਬੀ ਜਿਹੜੇ ਹੈਗੇ ਨੇ ਪੰਜਾਬੀ ਸਪੀਕਿੰਗ ਜਿਹੜੇ ਅਸਿਸਟੈਂਟਸ ਹੈਗੇ ਨੇ ਉਹਨਾਂ ਕੋਲ ਵੀ ਚਲੀ ਜਾਏਗੀ, ਮਤਲਬ ਜਿਹੜਾ ਅਵੇਲੇਬਲ ਹੈਗਾ ਜਿਹੜਾ ਵੀ ਅਵੇਲੇਬਲ ਹੈ ਉਹ ਚੱਕ ਲੇਗਾ। ਹਾਂ, ਪਤਾ ਨਹੀਂ ਇੱਦਾਂ ਫਿਰ ਆਇਆ ਸੀ ਫੋਨ, ਮੈਂ ਕਿਹਾ ਆਪਾਂ ਗੱਲ ਕਰ ਲਾਂਗੇ। ਬਿਲਕੁਲ, ਅਤੇ ਜ਼ਰੂਰ ਹੋ ਸਕਦਾ ਫਿਰ ਜੇ ਉਹਨਾਂ ਨੂੰ ਪ੍ਰੋਬਲਮ ਆਈ ਤਾਂ ਕਿਸੇ ਹੋਰ ਨੂੰ, ਕਿਸੇ ਭੈਣ ਭਰਾ ਨੂੰ ਲੋੜ ਹੈਗੀ ਆ ਬਿਲਕੁਲ ਫੰਡਿੰਗ ਦੀ, ਜਾਂ ਕਿਸੇ ਨੇ ਇੰਸ਼ੋਰੈਂਸ ਕਰਾਉਣੀ ਆ ਜਾਂ ਕੋਈ ਹੋਰ ਫਿਊਲ ਕਾਰਡ ਲੈਣਾ, ਤਾਂ ਫਿਰ ਉਹਨਾਂ ਵਾਸਤੇ ਸੌਖਾ ਹੋ ਜਾਂਦਾ। ਜੇ ਜੇ ਬਾਈ ਐਨੀ ਰੀਜ਼ਨ ਕੰਮ ਨਾ ਕਰੇ, ਤੁਸੀਂ ਮੈਨੂੰ ਈਮੇਲ ਪਾ ਦਿਆ ਕਰੋ ਜੀ। ਹਾਂਜੀ, ਮੇਰਾ ਈਮੇਲ ਬਹੁਤ ਸੌਖਾ ਵੇ, dsingh@compassfs.net ਤੇ ਜੀ ਅਸੀਂ ਐਡ ਵੀ ਕਰ ਦਾਂਗੇ ਤੇ ਆਉਂਦੀ ਆ ਈਮੇਲ ਥੱਲੇ ਆਉਂਦੀ ਹਾਂਜੀ ਉਹ ਆਉਂਦੀ ਹੈ। ਤੁਸੀਂ ਜਦੋਂ ਮੈਨੂੰ ਉੱਥੇ ਕਾਲ ਕਰ ਦਿੱਤਾ, ਮੈਨੂੰ ਉੱਥੇ ਪਾ ਦਿੱਤੀ ਈਮੇਲ, ਇੱਥੇ ਮੇਰੇ ਫੋਨ ਦੇ ਉੱਤੇ ਆ ਜਾਏਗੀ, ਅਤੇ ਵਿਦਇਨ 10 ਮਿੰਟਸ 10 ਮਿੰਟ ਵਿੱਚ ਮੈਂ ਤੁਹਾਨੂੰ ਜਵਾਬ ਦੇ ਦਿੰਦਾ ਵਾ। ਹਾਂਜੀ ਬਿਲਕੁਲ, ਤਾਂ ਮੈਨੂੰ ਵੀ ਸੰਪਰਕ ਕਰ ਸਕਦੇ ਹੋ ਜੇ ਇਹਨਾਂ ਦਾ ਨੰਬਰ ਚਾਹੀਦਾ, ਡਾਇਰੈਕਟ ਨੰਬਰ ਵੀ ਮੈਂ ਫਿਰ ਕਈ ਦੇ ਦਿੰਦਾ ਹੁੰਦਾ ਉਹਨਾਂ ਨੂੰ ਪੁੱਛ ਕੇ। ਬਿਲਕੁਲ, ਅਤੇ ਕੋਈ ਐਸੀ ਗੱਲ ਨਹੀਂ, ਪਰ ਗੱਲ ਤਾਂ ਇਹ ਵੀ ਕੰਮ ਹੋਣਾ ਚਾਹੀਦਾ, ਕੰਮ ਦੀ ਗੱਲ ਜਿਹੜੀ ਅਸੀਂ ਕੀਤੀ ਹੈ, ਇੱਕ ਤਾਂ ਇੰਸ਼ੋਰੈਂਸ ਦੀ ਕੀਤੀ ਹੈ। ਜਦੋਂ ਟਰੱਕ ਅਸੀਂ ਕੋਈ ਲੈਂਦੇ ਹਾਂ, ਸਭ ਤੋਂ ਪਹਿਲਾਂ ਕੰਮ ਇੰਸ਼ੋਰੈਂਸ ਆ, ਤਾਂ ਇੰਸ਼ੋਰੈਂਸ ਤੋਂ ਬਿਨਾਂ ਗੱਡੀ ਸੜਕ 'ਤੇ ਨਹੀਂ ਚੜ੍ਹਦੀ, ਅਤੇ ਇਹ ਜਿਵੇਂ ਇਹਨਾਂ ਨੇ ਦੱਸਿਆ ਕਿ 7000 ਤੱਕ $1 ਬਚਾ ਸਕਦੇ ਹਾਂ,
ਤੇ ਜਿਵੇਂ ਕੋਈ ਇੰਡੀਆ ਚਲੇ ਗਿਆ ਜੀ ਜਾਂ ਕੋਈ ਬਾਹਰ ਚਲੇ ਗਿਆ 2-4 ਮਹੀਨੇ ਵਾਸਤੇ ਤੇ ਟਰੱਕ ਉਹਦਾ ਖੜਾ ਹੈਗਾ ਹਾਂਜੀ ਤੇ ਇਹਦੇ 'ਚ ਵੀ ਇਹ ਮਤਲਬ ਸੇਮ ਗੱਲ ਹੈਗੀ ਆ ਇਹਦੇ 'ਚ ਫਾਇਦਾ ਹੁੰਦਾ ਵੀ ਕੋਈ ਇੰਸ਼ੋਰੈਂਸ ਵਗੈਰਾ ਜੇ ਟਰੱਕ ਖੜਾ ਮੰਨ ਲਓ ਮਹੀਨੇ ਵਾਸਤੇ ਨਹੀਂ ਦੇਣੀ ਪੈਣੀ ਜਾਂ ਥੋੜ੍ਹੀ ਦੇਣੀ ਪੈਣੀ ਬਹੁਤ ਫਾਇਦਾ ਹੁੰਦਾ ਹੁਣ ਜੇ ਤੁਹਾਡਾ ਟਰੱਕ ਖੜਾ ਹੋਏ ਤੁਸੀਂ ਜੇ ਵੈਕੇਸ਼ਨ 'ਤੇ ਜਾਓ ਜਾਂ ਤੁਸੀਂ ਇੰਡੀਆ ਗਏ ਹੋ ਜਿੱਥੇ ਵੀ ਜੇ ਤੁਹਾਡਾ ਟਰੱਕ ਖੜਾ ਹੋਏ ਜਾਂ ਉਹ ਰਿਪੇਅਰ ਸ਼ਾਪ 'ਚ ਹੋਏ ਹੈ ਨਾ ਜੀ ਛੋਟੀ ਜਿਹੀ ਪ੍ਰੀਮੀਅਮ ਹੁੰਦੀ ਹੈ ਘੱਟ ਤੋਂ ਘੱਟ ਜਿਹੜਾ ਹੁੰਦਾ ਵੇ ਇਹਦਾ ਫਾਇਦਾ ਹੈ ਵੇ ਹੁਣ ਜੇ ਤੁਸੀਂ ਕਿਸੇ ਹੋਰ ਇੰਸ਼ੋਰੈਂਸ ਕੰਪਨੀ ਨਾਲ ਜਾਓ ਉਹੀ ਤਾਂ ਪੈਸੇ ਤਾਂ ਉਹੀ ਦੇਣੇ ਪੈਣਗੇ ਜੇ ਤੁਸੀਂ ਮੂਵ ਕੀਤਾ ਆਪਣਾ ਟਰੱਕ ਜਾਂ ਨਾ ਮੂਵ ਕੀਤਾ ਕੋਈ ਲੋਡ ਹੈ ਨਾ ਪਰ ਇਸ ਤੌਰ 'ਤੇ ਜਿਹੜਾ ਸਾਡਾ ਹੈਗਾ ਵੇ RRG ਰਿਸਕ ਟੈਂਸ਼ਨ ਗਰੁੱਪ ਉਹਦੇ 'ਤੇ ਜੇ ਤੁਹਾਡਾ ਟਰੱਕ ਸੇ ਸ਼ਾਪ ਵਿੱਚ ਹੋਏ ਰਾਈਟ ਠੀਕ ਕਰ ਰਹੇ ਹੋਵੋਗੇ ਜਾਂ ਤੁਸੀਂ ਪਤਾ ਨਹੀਂ ਕਿਤੇ ਆਪਣੀ ਫੈਮਿਲੀ ਦੇ ਨਾਲ ਗਏ ਹੋਵੋਗੇ ਉੱਥੇ ਕੋਈ ਟ੍ਰਿਪ 'ਤੇ ਰਾਈਟ ਤੁਹਾਨੂੰ ਪੂਰਾ ਇੰਸ਼ੋਰੈਂਸ ਨਹੀਂ ਭਰਨਾ ਪਏਗਾ ਜਿਹੜਾ ਪ੍ਰੀਮੀਅਮ ਹੈ ਉਹ ਘੱਟ ਤੋਂ ਘੱਟ ਜਿਹੜਾ ਹੈਗਾ ਉਹ ਮਿਲੇਗਾ ਹਾਂ ਜੀ ਬਿਲਕੁਲ ਬਿਲਕੁਲ ਇਸ ਕਰਕੇ ਇਹ ਬਹੁਤ ਫਾਇਦੇਮੰਦ ਹੈਗੀ ਇੰਸ਼ੋਰੈਂਸ ਅਤੇ ਕਈ ਲੋਕ ਜਿਹੜੇ ਇਹ ਸੋਚਦੇ ਨੇ ਵੀ ਮੈਂ ਇਹ ਵੀ ਸ਼ਾਇਦ ਕੁਐਸਚਨ ਬਹੁਤ ਵਧੀਆ ਹੈਗਾ ਮੇਰੇ ਹਿਸਾਬ ਨਾਲ ਹਾਂਜੀ ਕਿ ਜਦੋਂ ਦੂਜੀ ਇੰਸ਼ੋਰੈਂਸ ਕੋਈ ਆਮ ਕੰਪਨੀ ਦੀ ਹਾਂਜੀ ਅਤੇ ਮੰਨ ਲਓ ਇੰਡੀਆ ਚਲ ਗਏ ਹੋ ਤਾਂ ਉਹ ਕਹਿੰਦੇ ਵੀ ਇੰਸ਼ੋਰੈਂਸ ਕਟਵਾ ਕੇ ਚਲ ਗਏ ਅਤੇ ਮੁੜ ਕੇ ਵਾਪਸ ਆਏ ਜਦੋਂ 2-3 ਮਹੀਨੇ ਬਾਅਦ ਤਾਂ ਪਰ ਉਹ ਕਹਿੰਦੇ ਵੀ ਕਾਫੀ ਦਿਨ ਤਾਂ ਇਸੇ ਕੰਮ 'ਚ ਹੀ ਲੱਗ ਗਏ ਦੁਬਾਰਾ ਇੰਸ਼ੋਰੈਂਸ ਨੂੰ ਬਿਲਕੁਲ ਕਰਨ ਵਾਸਤੇ ਇੱਦਾਂ ਵੀ ਹੁੰਦਾ ਜੀ ਜਿਹੜੀ ਕੋਈ ਇੰਸ਼ੋਰੈਂਸ ਕਟਵਾਉਂਦੇ ਨੇ ਉਹਨੂੰ ਮੁੜ ਕੇ ਖੱਜਲ ਖੁਆਰੀ ਥੋੜ੍ਹੀ ਜਿਹੀ ਜਾਂ ਟਾਈਮ ਜ਼ਿਆਦਾ ਲੱਗਦਾ ਉਹਨਾਂ ਨੂੰ ਤਾਂ ਬਿਲਕੁਲ ਟਾਈਮ ਜ਼ਿਆਦਾ ਲੱਗਦਾ ਕਿਉਂਕਿ ਪਹਿਲੇ ਉਹ ਦੇਖਦੇ ਨੇ ਕਿ ਤੁਸੀਂ ਇੰਸ਼ੋਰੈਂਸ ਕਟਵਾਈ ਕਿਉਂ ਹੈ ਅੱਛਾ ਜੀ ਤੁਹਾਡਾ ਜਿਹੜਾ ਬਿਜ਼ਨਸ ਹੈ ਕਿਤੇ ਕੁਝ ਖਤਰੇ 'ਚ ਤਾਂ ਨਹੀਂ ਹੈਗਾ ਕਿਉਂਕਿ ਇਹ ਵੀ ਰਿਸਕ ਹੈਗਾ ਨਾ ਕਿ ਇਹਨਾਂ ਨੇ ਜਿਹੜਾ ਹੈਗਾ ਕਵਰ ਕਰਨਾ ਹੁੰਦਾ ਜੀ ਫਿਰ ਤੀਜੀ ਗੱਲ ਹੁੰਦੀ ਹੈ ਕਿ ਜਿਹੜੀ ਤੁਹਾਡੀ MC ਹੁੰਦੀ ਹੈ ਰਾਈਟ ਮੋਟਰ ਕੈਰੀਅਰ ਦੀ ਜਿਹੜੀ ਜਿਹੜਾ ਨੰਬਰ ਹੁੰਦਾ ਹੈ ਜਿਹੜਾ FMCSA ਅਤੇ DOT ਦਾ ਅਤੇ ਉਹ ਸਾਰਾ ਹੈਗਾ ਉਹਨਾਂ ਨੇ ਫਿਰ ਤੁਹਾਡਾ ਜਿਹੜਾ ਅਕਾਊਂਟ ਹੈਗਾ ਸਸਪੈਂਡ ਕਰ ਦਿੰਦੇ ਨੇ 30 ਦਿਨ ਹੁੰਦੇ ਨੇ ਜਾਂ ਕੋਈ ਦਿਨ ਹੁੰਦੇ ਨੇ ਜਿਹਦੇ ਵਿੱਚ ਜੇ ਤੁਸੀਂ ਆਪਣੇ ਕੋਲ ਤੁਹਾਡੇ ਕੋਲ ਇੰਸ਼ੋਰੈਂਸ ਨਾ ਹੋਏ ਉਹ ਤੁਹਾਡਾ MC ਨੰਬਰ ਸਸਪੈਂਡ ਕਰ ਦਿੰਦੇ ਨੇ ਜੀ ਬਿਲਕੁਲ ਇਹ ਸਿਸਟਮ ਹੈਗਾ ਇਹ ਮੇਰੇ ਖਿਆਲ ਇਕੱਲੀ ਗੱਡੀਆਂ ਦੀ ਇੰਸ਼ੋਰੈਂਸ ਨਹੀਂ ਹਾਂਜੀ ਜਿਹੜੀ ਬੰਦੇ ਨੇ ਆਪਣੀ ਇੰਸ਼ੋਰੈਂਸ ਕਰਾਈ ਉਹ ਵੀ ਮੇਰੇ ਖਿਆਲ ਕਰਨਾ ਪੈਂਦਾ ਅਟੈਂਡੈਂਸ ਲਾਉਣੀ ਪੈਂਦੀ ਨਹੀਂ ਤਾਂ ਸਸਪੈਂਡ ਕਰ ਦਿੰਦੇ ਹਾਂਜੀ ਜੇ ਸਸਪੈਂਡ ਹੋ ਗਈ ਇੰਸ਼ੋਰੈਂਸ ਖਾਸ ਤੌਰ 'ਤੇ ਟਰੱਕ ਦੀ ਸਸਪੈਂਡ ਹੋ ਗਈ ਤਾਂ ਉਹਦਾ ਮੁੜ ਕੇ ਕੰਮ ਹੀ ਸਾਰਾ ਖੜ ਜਾਣਾ ਹਾਂ ਫਿਰ ਤਾਂ ਤੁਸੀਂ ਆਪਣੀ ਪੂਰੀ ਕੰਪਨੀ ਨਹੀਂ ਚਲਾ ਸਕਦੇ ਨਾ ਤੁਹਾਨੂੰ ਰੀਇਨਸਟੇਟ ਕਰਨਾ ਪੈਂਦਾ $300 ਉਹਨਾਂ ਨੂੰ ਦੇਣੇ ਪੈਣੇ ਰੀਇਨਸਟੇਟਮੈਂਟ ਲਈ ਬੜੇ ਚੀਜ਼ਾਂ ਹੈਗੇ ਨੇ ਬੜੀਆ ਹੋਰ ਉਹ ਹੁੰਦੇ ਨੇ ਖਰਚੇ ਹੁੰਦੇ ਨੇ ਰੀਇਨਸਟੇਟਮੈਂਟ ਲਈ ਜੀ ਸੋ ਜਿਹੜੀ ਇਹ RRG ਦੀ ਗੱਲ ਕਰਦੇ ਨੇ ਦਵਿੰਦਰ ਜੀ ਜ਼ਰੂਰ ਇਹਨਾਂ ਨੂੰ ਫੋਨ ਕਰਕੇ ਇੱਕ ਵਾਰੀ ਪਤਾ ਜ਼ਰੂਰ ਕਰ ਲਓ 1-888-360-4237 ਇਹਨਾਂ ਦਾ ਨੰਬਰ ਹੈ ਅਤੇ ਬਾਕੀ ਇਨਰੋਲ ਕਰਨਾ ਨਹੀਂ ਕਰਨਾ ਉਹ ਬਾਅਦ ਦੀ ਗੱਲ ਹੈ ਪਰ ਇੱਕ ਵਾਰੀ ਪਤਾ ਜ਼ਰੂਰ ਕਰ ਲਓ ਇਹਨਾਂ ਨਾਲ ਗੱਲ ਕਰਕੇ ਅਤੇ ਦਵਿੰਦਰ ਜੀ ਆਪਣਾ ਇੱਕ ਬ੍ਰੇਕ ਲੈਣੀ ਪੈਣੀ ਹੈ ਅਤੇ ਬ੍ਰੇਕ ਤੋਂ ਬਾਅਦ ਫਿਰ ਅਸੀਂ ਇਸੇ ਤਰ੍ਹਾਂ ਬਾਕੀ ਜਾਣਕਾਰੀ ਜਿਹੜੀ ਹੈ ਬਹੁਤ ਅਹਿਮ ਜਾਣਕਾਰੀ ਇੱਕ ਤਾਂ ਫਿਊਲ ਕਾਰਡ ਦੀ ਅਸੀਂ ਅਕਸਰ ਗੱਲ ਕਰੀ ਦੀ ਹੈ ਜੀ ਅਤੇ ਇੱਕ ਦੂਜੀ ਗੱਲ ਜਿਹੜੀ ਸਭ ਤੋਂ ਵੱਡੀ ਜਿਹਦਾ ਕਿ ਸਾਡੇ ਦਰਸ਼ਕਾਂ ਨੂੰ ਬਹੁਤ ਫਾਇਦਾ ਹੁੰਦਾ ਔਰ ਬਹੁਤ ਵਰਤਦੇ ਵੀ ਨੇ ਉਸ ਚੀਜ਼ ਆਪਣੇ ਪੰਜਾਬੀ ਕਮਿਊਨਿਟੀ ਦੀ ਗੱਲ ਕਰੀਏ ਤਾਂ ਜਿਹੜਾ ਇਨਵਾਇਸ ਹੈਗੀ ਆ ਇਨਵਾਇਸ ਉਹਨਾਂ ਨੇ ਦੇਤੀ ਤਾਂ ਆਪਣੇ ਪੈਸੇ ਲੈ ਕੇ ਅਤੇ ਆਪਣਾ ਮਸਤ ਹੋ ਗਏ ਬਿਲਕੁਲ ਅਤੇ ਇਹਦੇ ਬਾਰੇ ਵੀ ਅਸੀਂ ਜਿਹੜੇ ਸਾਡੇ ਦਰਸ਼ਕਾਂ ਵਾਸਤੇ ਗੱਲ ਕਰਾਂਗੇ ਪਰ ਫਿਲਹਾਲ ਇੱਕ ਬ੍ਰੇਕ ਲੈਣ ਦਵਿੰਦਰ ਜੀ ਤੁਸੀਂ ਇੱਥੇ ਹੀ ਹੋ ਅਤੇ ਸਾਡੇ ਦਰਸ਼ਕਾਂ ਨੂੰ ਵੀ ਦੱਸ ਦੇਵਾਂ ਦਵਿੰਦਰ ਜੀ ਨੂੰ ਕੋਈ ਸਵਾਲ ਕਰਨਾ ਚਾਹੁੰਦੇ ਹੋ ਤਾਂ ਨੰਬਰ ਸਕਰੀਨ 'ਤੇ ਆ ਰਿਹਾ ਕਾਲ ਕਰ ਸਕਦੇ ਹੋ ਜਦੋਂ ਮਰਜ਼ੀ ਕਿਸੇ ਵੀ ਟਾਈਮ ਕਰ ਸਕਦੇ ਹੋ ਪਰ ਇਹ ਸ਼ਿਕਾਗੋ ਰਹਿੰਦੇ ਨੇ ਅਤੇ ਉੱਥੇ ਦਾ ਟਾਈਮ ਥੋੜ੍ਹਾ ਜਿਹਾ ਦੇਖਣਾ ਪਏਗਾ ਪਰ ਜੇ ਤੁਸੀਂ ਮੈਸੇਜ ਛੱਡੋਗੇ ਤਾਂ ਦੁਬਾਰਾ ਵਾਪਸ ਕਾਲ ਵੀ ਜ਼ਰੂਰ ਕਰਦੇ ਨੇ ਫਿਲਹਾਲ ਬ੍ਰੇਕ ਲੈਣੀਆਂ ਦੇਖਦੇ ਰਹੋ ਦੱਸ ਪੰਜਾਬੀ ਹਾਜ਼ਰ ਹੈ ਜੀ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਪ੍ਰੋਗਰਾਮ ਚੱਲ ਰਿਹਾ ਕੰਪਨੀਸ ਫੰਡਿੰਗ ਸੋਲੂਸ਼ਨ ਦੀ ਅਸੀਂ ਗੱਲ ਕਰ ਰਹੇ ਹਾਂ ਫੰਡਿੰਗ ਸੋਲੂਸ਼ਨ ਜਿਹੜਾ ਕਿ ਟਰੱਕਿੰਗ ਇੰਡਸਟਰੀ ਨਾਲ ਸੰਬੰਧਿਤ ਕੋਈ ਵੀ ਫੰਡ ਹੈਗਾ ਉਹਦੀ ਗੱਲ ਅਸੀਂ ਕਰੀ ਦੀ ਹੈ ਟਰੱਕਿੰਗ ਇੰਡਸਟਰੀ ਦੇ ਵਿੱਚ ਕਿਵੇਂ ਅਸੀਂ ਬਹੁਤ ਸਾਰਾ ਪੈਸਾ ਬਚਾ ਸਕਦੇ ਹਾਂ ਥੋੜ੍ਹੀ ਥੋੜ੍ਹੀ ਗੱਲਾਂ ਦੇ ਨਾਲ ਛੋਟੀ ਛੋਟੀ ਚੀਜ਼ਾਂ ਦੇ ਨਾਲ ਕੁਝ ਐਕਸਟਰਾ ਜ਼ਿਆਦਾ ਐਫਰਟ ਕਰਨ ਦੀ ਲੋੜ ਨਹੀਂ ਕੋਈ ਐਕਸਟਰਾ ਖਰਚਾ ਨਹੀਂ ਹੈਗਾ ਤਾਂ ਲੇਕਿਨ ਪੈਸੇ ਜ਼ਰੂਰ ਬਚ ਜਾਂਦੇ ਨੇ ਇਹ ਸਾਰਾ ਕੁਝ ਦੱਸਣ ਵਾਸਤੇ ਦਵਿੰਦਰ ਸਿੰਘ ਜੀ ਇੱਕ ਵਾਰ ਫਿਰ ਸਾਡੇ ਸਟੂਡੀਓ ਦੇ ਵਿੱਚ ਆਏ ਨੇ ਕੈਲੀਫੋਰਨੀਆ ਬ੍ਰੇਕ ਤੋਂ ਬਾਅਦ ਇਹਨਾਂ ਦਾ ਸਵਾਗਤ ਕਰਦੇ ਹਾਂ ਦਵਿੰਦਰ ਭਾਜੀ ਅਤੇ ਨਾਲ ਦੀ ਨਾਲ ਅਸੀਂ ਗੱਲ ਕਰ ਰਹੇ ਸੀਗੇ ਕਿ ਫਿਊਲ ਕਾਰਡ ਦੇ ਵਿੱਚ ਫਿਊਲ ਦੇ ਵਿੱਚ ਵੀ ਪੈਸਾ ਕਹਿੰਦੇ ਬੜਾ ਬਚ ਜਾਂਦਾ ਬਹੁਤ ਬਚ ਉਹ ਵੀ ਜੇ ਇੱਕ ਟਰੱਕ ਆ ਫਿਰ ਤਾਂ ਚਲੋ ਥੋੜ੍ਹਾ ਬਹੁਤ ਹੀ ਹੈ ਤਾਂ ਜੇ ਕਈਆਂ ਦੇ ਕਈ ਟਰੱਕ ਨੇ ਜੀ ਤਾਂ ਉਹ ਫਿਊਲ ਕਾਰਡ ਦੇ ਵਿੱਚ ਬਹੁਤ ਸਾਰਾ ਪੈਸਾ ਬਚਾ ਸਕਦੇ ਆ ਜੀ ਅਸੀਂ ਗੱਲ ਕਰੀਏ ਕੰਪਸ ਦੇ ਨਾਲ ਕਿਸੇ ਨੇ ਇਨਰੋਲ ਕਰਨਾ ਅਤੇ ਉਹਨਾਂ ਨੂੰ ਕੀ ਕਰਨਾ ਪਏਗਾ ਇਹਦੇ ਵਾਸਤੇ ਜੀ ਆਹ ਬਹੁਤ ਸੌਖਾ ਹੈਗਾ ਵੇ ਕੰਪਸ ਦੇ ਨਾਲ ਤੁਸੀਂ ਇਹ ਨੰਬਰ ਨੂੰ ਕਾਲ ਕਰ ਦਿਓ ਜਾਂ ਮੈਨੂੰ ਈਮੇਲ ਪਾ ਦਿਓ ਸਾਨੂੰ ਇੱਕ ਤਾਂ ਤੁਹਾਡਾ MC ਨੰਬਰ ਚਾਹੀਦਾ ਹੋਏਗਾ ਜਾਂ DOT ਨੰਬਰ ਅਤੇ ਹੋਰ ਤੁਹਾਡੀ ਕੰਪਨੀ ਦਾ ਨਾਂ ਤੁਹਾਡਾ ਈਮੇਲ ਜਿੱਥੇ ਐਪਲੀਕੇਸ਼ਨ ਅਸੀਂ ਭੇਜ ਸਕੀਏ ਅਤੇ ਉਹ ਅਸੀਂ ਇਲੈਕਟ੍ਰੋਨਿਕ ਐਪਲੀਕੇਸ਼ਨ ਭੇਜ ਦਿੰਦੇ ਹਾਂ ਤੁਹਾਨੂੰ ਤੁਸੀਂ ਭਰ ਦਿਓ ਬਸ ਦੈਟਸ ਇਟ ਬਸ ਗਾਲੀ ਦਾ ਕੰਮ ਸ਼ੁਰੂ ਹੋ ਜਾਏਗਾ ਕੰਮ ਸ਼ੁਰੂ ਅਤੇ ਇਹਦੇ 'ਚ ਕਿੱਥੇ ਕਿੱਥੇ ਤੱਕ ਜਿਹੜਾ ਫਿਊਲ ਬਚਾ ਸਕਦੇ ਸਾਡੇ ਦਰਸ਼ਕ ਕਿੱਥੇ ਕਿੱਥੋਂ ਅਮੈਰੀਕਾ ਦੀ ਕਿਹੜੀ ਕਿਹੜੀ ਸਟੇਟਸ ਹੈਗੀਆਂ ਜਿੱਥੇ ਤੁਹਾਡਾ ਫਿਊਲ ਕਾਰਡ ਜਿਹੜਾ
ਉਹ ਨਹੀਂ ਕੰਮ ਕਰਦਾ ਜਾਂ ਕੈਨੇਡਾ ਵੀ ਕਰਦਾ ਨਹੀਂ ਕਰਦਾ ਉਹ ਵੀ ਇੱਕ ਡਿਟੇਲ ਦੇ ਵਿੱਚ ਦੱਸ ਦਿਓ ਸਾਡੇ ਦਰਸ਼ਕਾਂ ਨੂੰ ਤੇ ਫਿਰ ਜ਼ਰੂਰ ਮੇਰੇ ਖਿਆਲ ਜਿੰਨੇ ਵੀ ਕਿਉਂਕਿ ਘਰਾਂ ਦੇ ਵਿੱਚ ਲੋਕ ਪ੍ਰੋਗਰਾਮ ਦੇਖਦੇ ਨੇ ਕਈ ਵੀ ਡਰਾਈਵਰ ਤੇ ਚਲੋ ਗੱਡੀਆਂ ਤੇ ਹੋਣਗੇ ਪਰ ਆ ਕੇ ਘਰ ਦੇ ਦੱਸਦੇ ਨੇ ਉਹਨਾਂ ਨੂੰ ਕੋਈ ਇਦਾਂ ਇਦਾਂ ਭਾਈ ਆ ਗੱਲ ਆਈ ਸੀ ਨੰਬਰ ਨੋਟ ਕੀਤਾ ਤੇ ਗੱਲ ਕਰ ਲਓ ਇਹਦਾ ਫਾਇਦਾ ਹੋ ਸਕਦਾ ਬਿਲਕੁਲ ਠੀਕ ਹੈ ਹਾਂਜੀ ਦੇਖੋ ਅਸੀਂ ਜਦੋਂ ਸ਼ੁਰੂ ਕੀਤਾ ਸੀ ਪਹਿਲੇ ਤੇ ਸ਼ਿਕਾਗੋਲੈਂਡ ਦੇ ਵਿੱਚ ਹੀ ਸੀਗਾ ਹੁਣ ਤੇ ਪੂਰੀ ਪੂਰੀ ਯੂਐਸ ਦੇ ਉਹਦੇ ਚ ਹੈਗਾ ਵੇ ਈਸਟ ਕੋਸਟ ਤੋਂ ਲੈ ਕੇ ਵੈਸਟ ਕੋਸਟ ਤੱਕ ਤੁਸੀਂ ਕਿਤੋਂ ਵੀ ਫਿਊਲ ਕਰ ਸਕਦੇ ਹੋ ਜੀ ਹੁਣ ਪਿਛਲੇ ਕਈ ਮਹੀਨੇ ਤੋਂ ਅਸੀਂ ਉਹ ਵੀ ਅਸੀਂ ਕੰਟਰੈਕਟ ਬਣਾਇਆ ਹੋਇਆ ਕਿ ਜੇ ਤੁਸੀਂ ਕੈਨੇਡਾ 'ਚ ਹੀ ਹੋ ਤੁਹਾਨੂੰ ਉੱਥੇ ਵੀ ਫਿਊਲ ਤੁਸੀਂ ਭਰ ਸਕਦੇ ਹੋ ਅਤੇ ਉੱਥੇ ਵੀ ਤੁਸੀਂ ਆਪਣਾ ਪੈਸਾ ਬਚਾ ਸਕਦੇ ਹੋ ਅਤੇ ਜੇ ਕੈਨੇਡਾ ਦੀ ਗੱਲ ਕਰੀਏ ਫਿਰ ਕਾਰਡ ਕੈਨੇਡਾ ਦਾ ਵੱਖਰਾ ਹੈ ਜਾਂ ਸੇਮ ਕਾਰਡ ਹੀ ਚੱਲਦਾ ਸੇਮ ਕਾਰਡ ਹੈ ਤੁਸੀਂ ਇੱਕੋ ਹੀ ਕਾਰਡ ਤੁਹਾਡੇ ਕੋਲ ਹੋਏਗਾ ਤੁਸੀਂ ਜੇ ਇੱਥੇ ਭਰੋ ਇਸ ਸਟੇਸ਼ਨ 'ਤੇ ਭਰੋ ਜਾਂ ਤੁਸੀਂ ਅਕਰੋਸ ਦ ਬੋਰਡਰ ਜਿੱਥੇ ਕੈਨੇਡਾ 'ਚ ਭਰੋ ਕਾਰਡ ਉਹੀ ਹੋਏਗਾ ਜੀ ਦੇਖੋ ਕੰਪਸ ਦੀਆਂ ਬਹੁਤ ਸਾਰੀਆਂ ਇਹ ਸਹੂਲਤਾਂ ਕਹਿ ਸਕਦੇ ਅਸੀਂ ਬੜਾ ਫਾਇਦਾ ਹੈਗਾ ਬਿਲਕੁਲ ਹਰ ਕੰਮ ਦੇ ਵਿੱਚ ਅਤੇ ਇਹਦੇ 'ਚ ਕਈ ਦਰਸ਼ਕ ਫਿਰ ਸਾਡੇ ਸੋਚਦੇ ਨੇ ਵੀ ਚੱਲ ਯਾਰ ਮੈਂ ਇਕੱਲੀ ਇੰਸ਼ੋਰੈਂਸ ਕਰਾ ਲਵਾਂ ਫਿਊਲ ਕਾਰਡ ਨਾ ਲਵਾਂ ਜਾਂ ਮੈਂ ਜਿਹੜਾ ਇਨਵਾਇਸ ਵਾਲਾ ਇਨਰੋਲ ਨਾ ਕਰਨ ਵਾਸਤੇ ਵੀ ਅਸੀਂ ਗੱਲ ਕਰਾਂਗੇ ਅਤੇ ਉਹਨਾਂ ਨੂੰ ਇਕੱਲਾ ਕਰਾ ਕੇ ਫਾਇਦਾ ਜਾਂ ਜਿਹੜਾ ਕੋਈ ਸਾਰਾ ਕੁਛ ਹੀ ਕਰਾ ਲਵੇ ਜਾਂ ਦੋ ਜਾਂ ਤਿੰਨ ਚੀਜ਼ਾਂ ਦੇ ਵਿੱਚ ਤੁਹਾਡਾ ਇਨਰੋਲ ਹੁੰਦਾ ਉਹਨਾਂ ਨੂੰ ਫਾਇਦਾ ਹੁੰਦਾ ਅਸੀਂ ਗੱਲ ਕਰ ਰਹੇ ਹਾਂ ਫਾਈਨੈਂਸ਼ਲੀ ਜਿਹੜੀ ਮਾਰਜਨ ਆ ਜਿਹੜਾ ਬੱਚਤ ਉਹਨਾਂ ਦੀ ਜ਼ਿਆਦਾ ਕਿਵੇਂ ਹੁੰਦੀ ਹੈ ਇੱਕ ਨਾਲ ਵੀ ਉਨੀ ਹੈ ਜਾਂ ਦੋ ਤਿੰਨ ਨਾਲ ਫਰਕ ਪੈਂਦਾ ਦੇਖੋ ਜੇ ਤੁਸੀਂ ਜਿੰਨੀਆਂ ਤੁਸੀਂ ਸਰਵਿਸਿਜ਼ ਤੁਸੀਂ ਸਾਡੇ ਤੋਂ ਲਵੋਗੇ ਉਨਾ ਹੀ ਫਾਇਦਾ ਤੁਹਾਨੂੰ ਹੋਏਗਾ ਹੁਣ ਜੇ ਤੁਸੀਂ ਇੱਕ ਇੱਕ ਸਰਵਿਸ ਤੁਸੀਂ ਇੱਕ ਬੰਦੇ ਤੋਂ ਤੁਸੀਂ ਫੈਕਟਰਿੰਗ ਲੈ ਲਈ ਦੂਜੇ ਬੰਦੇ ਤੋਂ ਤੁਸੀਂ ਫਿਊਲ ਲੈ ਲਿਆ ਤੀਜੇ ਤੋਂ ਤੁਸੀਂ ਇੰਸ਼ੋਰੈਂਸ ਲੈ ਲਿਆ ਰਾਈਟ ਫਿਰ ਤਾਂ ਤੁਸੀਂ ਭੱਜਦੇ ਰਹੋਗੇ ਕਿ ਇੰਨੇ ਮੈਨੂੰ ਦੋ ਪੁਆਇੰਟ ਇੱਥੇ ਘੱਟ ਦਿੱਤੇ ਨੇ ਇੰਨੇ 0.7% ਇੱਥੇ ਘੱਟ ਦਿੱਤੇ ਨੇ ਜੇ ਤੁਸੀਂ ਇੱਕੋ ਛੱਤ ਦੇ ਥੱਲੇ ਤੁਸੀਂ ਸਰਵਿਸਿਜ਼ ਲੈ ਰਹੇ ਹੋ ਜੇ ਹੁਣ ਤੁਹਾਡੀ ਫੈਕਟਰਿੰਗ ਦਾ ਹੁਣ ਸਮਝੋ ਕਿ ਫੈਕਟਰਿੰਗ ਜ਼ਿਆਦਾ ਹੈ ਰਾਈਟ ਪਰ ਤੁਹਾਨੂੰ ਫਾਇਦਾ ਇੰਸ਼ੋਰੈਂਸ ਵਿੱਚ ਵੀ ਮਿਲਦਾ ਪਿਆ ਵੇ ਨਾਲ ਨਾਲ ਤੁਹਾਨੂੰ ਫਿਊਲ ਦੇ ਵਿੱਚ ਵੀ ਫਾਇਦਾ ਮਿਲਦਾ ਪਿਆ ਹੁਣ ਕੱਲ੍ਹ ਨੂੰ ਜੇ ਤੁਹਾਨੂੰ ਕੋਈ ਟ੍ਰੇਲਰ ਚਾਹੀਦਾ ਹੋਏ ਜਾਂ ਕੋਈ ਇਕੁਇਪਮੈਂਟ ਫਾਈਨੈਂਸ ਚਾਹੀਦੀ ਹੈ ਤੁਹਾਨੂੰ ਉੱਥੇ ਵੀ ਫਾਇਦਾ ਪੈ ਜਾਏਗਾ ਕਿਉਂਕਿ ਤੁਸੀਂ ਸਾਡੇ ਨਾਲ ਇੱਕ ਨਹੀਂ ਦੋ ਤਿੰਨ ਚਾਰ ਜਿਹੜੀ ਸਾਡੀਆਂ ਸਰਵਿਸਿਜ਼ ਨੇ ਉਹ ਤੁਸੀਂ ਸਾਡੇ ਨਾਲ ਕਰ ਰਹੇ ਹੋ ਰਾਈਟ ਜੇ ਤੁਸੀਂ ਹੁਣ ਇੱਕ ਚੀਜ਼ ਕੀਤੀ ਫਿਰ ਤਾਂ ਤੁਸੀਂ ਭੱਜਦੇ ਰਹੋਗੇ ਜੀ ਕਿ ਇੱਥੇ ਤਾਂ 2% ਹੈ ਇੱਥੇ 1.5% ਹੈ ਇੱਥੇ ਸੋ ਇਹ ਚੀਜ਼ਾਂ ਜਿਹੜੀ ਹੈਗੀਆਂ ਨੇ ਨਾ ਜੇ ਜਿੰਨੀਆਂ ਸਰਵਿਸਿਜ਼ ਤੁਸੀਂ ਕਰੋਗੇ ਸਾਡੇ ਨਾਲ ਉਨਾ ਹੀ ਫਾਇਦਾ ਮਿਲੇਗਾ ਚਾਹੇ ਇੱਕ ਸਰਵਿਸ ਤੋਂ ਜਾਂ ਚਾਹੇ ਦੂਜੇ ਤੋਂ ਪਰ ਅਸੀਂ ਇੱਕ ਤੋਂ ਲੈ ਕੇ ਦੂਜੇ ਤੋਂ ਕਿਤੇ ਨਾ ਕਿਤੇ ਤੁਹਾਡੇ ਸੇਵਿੰਗਸ ਹੋਰ ਵਧਾ ਸਕਦੇ ਆ ਅਤੇ ਹਾਂਜੀ ਕਈ ਉੱਦਾਂ ਹੀ ਖਿੱਚਣ ਵਾਸਤੇ ਜਾਂ ਅਟਰੈਕਟ ਕਰਨ ਵਾਸਤੇ ਜਾਂ ਕਹਿ ਲਓ ਕਈ ਕੰਪਨੀਆਂ ਫਸਾਉਣ ਵਾਸਤੇ ਕਹਿੰਦੀਆਂ ਇੱਕ ਚੀਜ਼ ਦੇ ਵਿੱਚੋਂ ਤਾਂ ਘੱਟ ਕਰ ਦੇਣਾ ਵੀ ਜਾਂ ਤਾਂ ਜੀ 1.5% ਮੈਨੂੰ ਬਚ ਗਿਆ ਤਾਂ ਦੂਜੀ ਦੇ ਵਿੱਚ ਜਾ ਕੇ ਉਹਨੂੰ ਜ਼ਿਆਦਾ ਲਾ ਦੇਣਾ ਇੱਕ ਇਹ ਅਸੀਂ ਪਿਛਲੀ ਵਾਰ ਗੱਲ ਕਰ ਰਹੇ ਸੀ ਇਹਨੂੰ ਇੱਕ ਵਾਰੀ ਫਿਰ ਕਲੀਅਰ ਕਰੀਏ ਵੀ ਜਿਹੜਾ ਇਹ ਲੱਗਦਾ ਹੈ ਆਪਾਂ ਗੱਲ ਕਰਦੇ ਹੁੰਦੇ ਫੈਕਟਰਿੰਗ ਦੀ ਗੱਲ ਕਰ ਰਹੇ ਸੀ ਅਤੇ ਇਨਵਾਈਸ ਕਿਸੇ ਦੀ ਹੈਗੀ ਆ ਕਿ ਉਹਨੂੰ ਤੁਹਾਡੇ ਨਾਲ ਇਨਰੋਲ ਹੋ ਗਏ ਅਤੇ ਇਹ ਇਹ ਵੀ ਆਪਾਂ ਪਿਛਲੀ ਵਾਰ ਗੱਲ ਕਰਦੇ ਉਹਨੂੰ ਥੋੜ੍ਹਾ ਹੋਰ ਕਲੀਅਰ ਕਰ ਦਈਏ ਵੀ ਕੋਈ 1% ਕਹਿੰਦਾ ਕੋਈ ਕੁਛ ਕਹਿੰਦਾ ਕੋਈ ਕੁਛ ਕਹਿੰਦਾ ਸਹੀ ਤਰੀਕਾ ਕੀ ਹੈ ਜੇ ਕਿਸੇ ਨੇ ਇਹ ਫੈਕਟਰਿੰਗ ਵਾਸਤੇ ਇਨਰੋਲ ਹੋਣਾ ਸਹੀ ਮਤਲਬ ਕੀ ਹੈ ਚਾਹੇ ਕਿਸੇ ਕੋਲ ਵੀ ਅਗਲਾ ਕਰਾਵੇ ਹਾਂਜੀ ਦੇਖੋ ਜੇ ਤੁਸੀਂ ਕਿਸੇ ਤੋਂ ਵੀ ਫੈਕਟਰਿੰਗ ਕਰੋਗੇ ਪਹਿਲੀ ਚੀਜ਼ ਮੈਂ ਕਹਾਂਗਾ ਹੱਥ ਜੋੜ ਕੇ ਪਲੀਜ਼ ਪਲੀਜ਼ ਤੁਸੀਂ ਉਹ ਜਿਹੜਾ ਕੰਟਰੈਕਟ ਹੈ ਪੂਰਾ ਪੜ੍ਹੋ ਇਹ ਨਹੀਂ ਹੈ ਕਿ ਬਸ ਪਹਿਲਾ ਪੇਜ ਪੜ੍ਹ ਕੇ ਸਾਈਨ ਕਰ ਦਿਓ ਆਪਣੀ ਘੁੱਗੀ ਮਾਰ ਕੇ ਅਤੇ ਫਿਰ ਬਾਅਦ ਵਿੱਚ ਤੁਸੀਂ ਪਛਤਾਓਗੇ ਹਾਂਜੀ ਇਹ ਜਿਹੜੇ ਕੰਟਰੈਕਟਰ ਦੇ ਨਾਲ ਦੇ ਆਪਾਂ ਕਲੀਅਰ ਕਰ ਦਈਏ ਕੰਟਰੈਕਟਰਾਂ ਦੇ ਵਿੱਚ ਵੀ ਮੇਰੇ ਖਿਆਲ ਲਿਖੀ ਛੋਟੇ ਛੋਟੇ ਅੱਖਰਾਂ ਦੇ ਵਿੱਚ ਲਿਖਿਆ ਹੁੰਦਾ ਕੁਛ ਬਿਲਕੁਲ ਕਿ ਸ਼ਰਤਾਂ ਜਿਹਨੂੰ ਕਹਿੰਦੇ ਸ਼ਰਤਾਂ ਲਾਗੂ ਹਾਂਜੀ ਹਾਂਜੀ ਇਹ ਉਹਦੇ ਬਾਰੇ ਵੀ ਜ਼ਰੂਰ ਦੱਸੋ ਵੀ ਚਾਹੇ ਕਿਸੇ ਨੇ ਵੀ ਕੰਟਰੈਕਟ ਕਰਦੇ ਨੇ ਵੀ ਕੀ ਧਿਆਨ ਰੱਖਣਾ ਚਾਹੀਦਾ ਬਿਲਕੁਲ ਦੇਖੋ ਪਹਿਲੇ ਤਾਂ ਪਹਿਲਾਂ ਹੁੰਦਾ ਰੇਟ ਹੈ ਨਾ ਅਸੀਂ ਸਾਰੇ ਰੇਟ ਦੇ ਉੱਤੇ ਉਹ ਫੋਕਸ ਕਰਦੇ ਆ ਅਤੇ ਜਿਹੜਾ ਹੋਰ ਪਿੱਛੇ ਲਿਖਿਆ ਹੁੰਦਾ ਉਹਦੇ ਉਹਦਾ ਨਹੀਂ ਦੇਖਦੇ ਜੀ ਹੁਣ ਜੇ ਕੋਈ ਮੈਨੂੰ ਕਹੇ ਕਿ ਮੈਂ ਤੁਹਾਨੂੰ 1.5% ਦੇਵਾਂਗਾ ਜੀ ਪਹਿਲੇ ਤਾਂ ਮੈਂ ਕਹਾਂਗਾ ਮੈਂ ਖੁਸ਼ ਹੋ ਕੇ ਇਹ ਨਹੀਂ ਕਹਾਂਗਾ ਚਲੋ ਮੈਂ ਸਾਈਨ ਕਰ ਦਿੰਦਾ ਜੀ ਪਹਿਲੀ ਚੀਜ਼ ਮੈਂ ਕਹਾਂਗਾ ਕਿਉਂ ਇੰਨਾ ਲੋ ਰੇਟ ਕਿਉਂ ਹੈ ਬੈਂਕ ਪ੍ਰਾਈਮ ਤੋਂ ਤੁਸੀਂ ਇੰਨਾ ਕਿਉਂ ਘੱਟ ਦੇ ਰਹੇ ਹੋ ਰਾਈਟ ਇਹਦੇ 'ਚ ਹੁਣ ਸ਼ੱਕ ਪੈ ਗਿਆ ਮੇਰੇ ਦਿਮਾਗ ਦੇ ਵਿੱਚ ਜੀ ਕਿਉਂਕਿ ਕਈ ਹੈਗੇ ਨੇ ਜਿਹੜੇ ਪਹਿਲੀ ਪੇਜ ਦੇ ਉੱਤੇ ਤਾਂ 1.5% ਉਹਨਾਂ ਨੇ ਲਿਖਿਆ ਹੋਇਆ ਹੋਵੇ ਤੀਜੇ ਜਾਂ ਚੌਥੇ ਪੇਜ ਦੇ ਉੱਤੇ ਲਿਖਿਆ ਹੋਵੇ 10 ਦਿਨਾਂ ਲਈ ਅੱਛਾ ਅਤੇ 10 ਦਿਨ ਤੋਂ ਬਾਅਦ ਕੀ ਹੋਏਗਾ ਅਤੇ ਫਿਰ 10 ਦਿਨ ਤੋਂ ਬਾਅਦ ਕੀ ਹੁੰਦਾ ਦੇਖੋ 10 ਦਿਨ ਤੋਂ ਬਾਅਦ ਕਈਆਂ ਨੇ ਇਹ ਵੀ ਲਿਖਿਆ ਹੋਵੇ 0.1% ਅੱਛਾ ਜੀ ਹਰ 10 ਦਿਨ ਹੁਣ ਤੁਹਾਡੀ ਜਿਹੜੀ ਇਨਵੋਇਸ ਹੈਗੀ ਹੈ ਉਹ ਹੁਣ 30 ਦਿਨ ਜਾਂ 40 ਦਿਨ ਦੇ ਵਿੱਚ ਭਰ ਗਈ ਅਤੇ ਤੁਹਾਨੂੰ 1.5% ਥੋੜ੍ਹਾ ਮਿਲਿਆ ਹਾਂਜੀ ਤੁਹਾਨੂੰ ਤਾਂ ਕਿੰਨਾ ਕੁ ਮਿਲ ਗਿਆ ਹੁਣ ਜੇ 90 ਡੇਜ਼ ਦੇ ਹੋ ਗਏ 90 ਦਿਨ ਦੇ ਹੋ ਗਏ ਫਿਰ ਕਿੰਨਾ ਕੁ ਮਿਲਿਆ ਤੁਸੀਂ 4-5% 'ਤੇ ਪਹੁੰਚ ਗਏ ਸੋ ਇਹ ਧਿਆਨ ਰੱਖਣਾ ਚਾਹੀਦਾ ਜੀ ਬਹੁਤ ਧਿਆਨ ਰੱਖਣਾ ਚਾਹੀਦਾ ਇੱਕ ਇਹ ਹੈਗਾ ਵੇ ਹੋਰ ਵੀ ਚੀਜ਼ਾਂ ਹੈਗੀਆਂ ਨੇ ਜਿਹੜੀ ਕੰਟਰੈਕਟ ਦੇ ਵਿੱਚ ਹੁੰਦੀਆਂ ਨੇ ਜਿਹਨੂੰ ਤੁਹਾਡਾ ਜਿਹੜਾ ਧਿਆਨ ਹੈਗਾ ਵੇ ਉਹ ਰੇਟ ਦੇ ਉੱਤੇ ਉਹ ਕਰਕੇ ਨਾ ਪਿੱਛੋਂ ਤੁਹਾਨੂੰ ਲੁੱਟਦੇ ਜਾਂਦੇ ਨੇ ਅੱਛਾ ਜੀ ਹਾਂਜੀ ਸੋ ਕੰਟਰੈਕਟ ਸਾਈਨ ਕਰਨ ਤੋਂ ਪਹਿਲੇ ਜਿਹਦਾ ਵੀ ਕੰਟਰੈਕਟ ਹੋਏ
ਜੇ ਤੁਸੀਂ ਮੈਨੂੰ ਕਾਲ ਕਰਨਾ ਚਾਹੁੰਦੇ ਹੋ ਜ਼ਰੂਰ ਜੀ ਆਇਆਂ ਨੂੰ ਤੁਸੀਂ ਕਾਲ ਕਰੋ, ਅਸੀਂ ਬੈਠ ਕੇ ਦੇਖ ਸਕਦੇ ਹਾਂ। ਮੈਂ ਤੁਹਾਨੂੰ ਦੱਸ ਸਕਦਾ ਕਿ ਇੱਥੇ ਪਿਟਫਾਲ ਹੈਗਾ ਵੇ, ਇੱਥੇ ਤੁਸੀਂ ਜ਼ਿਆਦਾ ਪੈਸੇ ਦਿਓਗੇ ਅਤੇ ਹੁਣ ਇੱਥੇ 5% ਤਾਂ ਤੁਹਾਡਾ ਉਹ ਹੈਗਾ ਵੇ, ਇੱਥੇ 3% ਤਾਂ ਤੁਹਾਨੂੰ ਇੱਥੇ ਉਹ ਇੱਥੋਂ ਤੁਹਾਡੇ ਤੋਂ ਲੈ ਰਹੇ ਨੇ, ਪਰ ਪਹਿਲੀ ਪੇਜ ਉੱਤੇ ਤਾਂ 1.5% ਲਿਖਿਆ ਹੋਇਆ। ਅਤੇ ਜਿਵੇਂ ਆਪਾਂ ਅਕਸਰ ਦੇਖਿਆ ਕਿ ਅਸੀਂ ਕੋਈ ਚੀਜ਼ ਲੈਣੀ ਹੋਵੇ ਤਾਂ 5-7 ਜਗ੍ਹਾ ਬੰਦਾ ਟਰਾਈ ਕਰਦਾ ਜੀ। ਹੁਣ ਬੰਦਾ ਕਿਸੇ ਦੇ ਕੋਲ ਬੈਠਾ ਹੋਰ ਕਿਸੇ ਕੰਪਨੀ ਕੋਲ, ਉਹ ਤੁਹਾਨੂੰ ਫੋਨ ਕਰਦਾ ਵੀ ਤੁਸੀਂ ਚੈੱਕ ਕਰਨ ਵਾਸਤੇ, ਕੰਪੇਅਰ ਕਰਨ ਵਾਸਤੇ। ਹਾਂਜੀ। ਅਤੇ ਉਹ ਦੱਸ ਵੀ ਦਿੰਦਾ ਤੁਹਾਨੂੰ ਜੀ ਮੈਂ ਹੁਣ ਫਲਾਨੀ ਕੰਪਨੀ ਕਰ ਰਿਹਾ, ਮੈਨੂੰ ਦੱਸੋ ਵੀ ਇਹ ਸਹੀ ਹੈ ਕਿ ਨਹੀਂ ਸਹੀ, ਫਿਰ ਇੱਦਾਂ ਤੁਸੀਂ ਸਲਾਹ ਦੇ ਦਿੰਦੇ ਜਾਂ ਨਹੀਂ ਦਿੰਦੇ ਸਲਾਹ? ਮੈਂ ਤਾਂ ਦੇ ਦਿੰਦਾ, ਮੈਂ ਸਾਫ਼ ਸਾਫ਼ ਕਹਿੰਦਾ ਦੇਖੋ ਜੇ ਉੱਧਰ ਦੀ ਜਿਹੜੀ ਹੈਗੀ ਹੈ ਰੇਟ ਤੁਹਾਨੂੰ ਚੰਗੀ ਲੱਗਦੀ ਹੈ ਤਾਂ ਤੁਸੀਂ ਉੱਥੇ ਜਾ ਕੇ ਲੈ ਸਕਦੇ। ਹਾਂਜੀ, ਕੋਈ ਉਹ ਨਹੀਂ ਹੈ, ਠੀਕ ਹੈ। ਪਰ ਜੇ ਦੇਖੋ ਮੈਨੂੰ ਤੁਸੀਂ ਕੰਟਰੈਕਟ ਦਿਓ ਜਾਂ ਪ੍ਰਪੋਜ਼ਲ ਦਿਓ ਤਾਂ ਕਿ ਮੈਂ ਤੁਹਾਨੂੰ ਦਿਖਾ ਸਕਾਂ ਕਿ ਕਿੱਥੇ ਕਿੱਥੇ ਇਹਦੇ ਪਿਟਫਾਲਸ ਨੇ। ਹੁਣ ਪਿੱਛੇ ਸਾਡੇ ਦੋ ਵੀਰ ਸੀਗੇ, ਉਹਨਾਂ ਨੇ ਕਾਲ ਕੀਤੀ ਕਿ ਇਹ ਜਿਹੜੀ ਇੱਕ ਕੰਪਨੀ ਹੈਗੀ ਉਹ ਸਾਨੂੰ 1.5% ਦੇ ਰਿਹਾ ਵੇ। ਅੱਛਾ ਜੀ, ਠੀਕ ਹੈ, ਤੁਸੀਂ ਮੈਨੂੰ ਪ੍ਰਪੋਜ਼ਲ ਦਿਓ ਪਹਿਲੇ, ਤਾਂ ਪ੍ਰਪੋਜ਼ਲ ਨਾ ਦੇਣ, ਰਾਈਟ? ਪ੍ਰਪੋਜ਼ਲ ਤੋਂ ਬਿਨਾਂ ਮੈਂ ਕਿਵੇਂ ਜਾ ਸਕਦਾ ਬੈਂਕ ਦੇ ਕੋਲ ਕਿ ਦੇਖੋ ਇਹ ਜਿਹੜਾ ਹੈਗਾ ਵੇ ਅਸੀਂ ਮੈਚ ਕਰੀਏ? ਕੋਈ ਨਹੀਂ ਸਕਦਾ। ਅਤੇ ਅੱਛਾ, ਇਹ ਵੀ ਹੈਗਾ ਨਾ ਜੀ, ਆਪਣੇ ਆਦਤ ਹੈਗੀ ਪੰਜਾਬੀਆਂ ਨੂੰ, ਉੱਦਾਂ ਹੀ ਕਹਿ ਦਿੰਦਾ ਵੀ ਨਹੀਂ ਨਹੀਂ ਮੈਨੂੰ ਤਾਂ ਯਾਰ ਫਲਾਣੀ ਚੀਜ਼ ਇੰਨੀ ਦੇ ਰਿਹਾ, ਅਗਲਾ ਕਹਿੰਦਾ ਉੱਥੋਂ ਲੈ ਲੈ ਜਾ ਕੇ, ਫਿਰ ਕਹਿੰਦਾ ਆ ਜਾਂਦਾ ਨਹੀਂ ਨਹੀਂ ਉਹ ਠੀਕ ਨਹੀਂ ਜੀ, ਠੀਕ ਨਹੀਂ ਮੜ ਕੇ, ਬਿਲਕੁਲ ਬਿਲਕੁਲ ਇਹ ਵੀ ਹੋ ਜਾਂਦਾ, ਬਿਲਕੁਲ। ਸੋ ਮੈਂ ਇਹੀ ਹੈ, ਕੋਈ ਵੀ ਕੰਮ ਕਰਨਾ, ਅਸੀਂ ਕੰਪਨੀ ਫੰਡਿੰਗ ਦੀ ਇਕੱਲੀ ਗੱਲ ਨਹੀਂ ਕਰਦੇ, ਅਸੀਂ ਜਸ ਪੰਜਾਬੀ ਤੋਂ ਹਮੇਸ਼ਾ ਇਹ ਗੱਲ ਕਰਦੇ ਹਾਂ ਕਿ ਕੋਈ ਵੀ ਕਿਤੇ ਕਰਨਾ ਤਾਂ ਜ਼ਰੂਰ 5-4 ਜਗ੍ਹਾ ਫੋਨ ਕਰ ਲਓ, ਕੋਈ ਹਰਜ ਨਹੀਂ, ਇਹਨਾਂ ਨੂੰ ਵੀ ਫੋਨ ਕਰ ਲਓ। ਇਹਨਾਂ ਨਾਲ ਕੰਮ ਕਰਨਾ ਨਹੀਂ ਕਰਨਾ ਉਹ ਬਾਅਦ ਦੀ ਗੱਲ ਹੈ, ਪਰ ਫੋਨ ਕਰਨ ਦਾ ਕੋਈ ਹਰਜ ਨਹੀਂ, ਸਲਾਹ ਜ਼ਰੂਰ ਲੈਣ ਦਾ ਕੋਈ ਹਰਜ ਨਹੀਂ, 5-7 ਵਾਰੀ ਸਲਾਹ ਲਓ। ਤਾਂ ਔਰ ਦੂਜੀ ਗੱਲ ਇਹ ਹੈ ਦਵਿੰਦਰ ਜੀ, ਜਿਹੜੀ ਤੁਸੀਂ ਪਹਿਲਾਂ ਵੀ ਦੱਸੀ ਸੀਗੀ ਕਿ ਜੇ ਇੱਕ ਵਾਰ ਕੰਟਰੈਕਟ ਹੋ ਗਿਆ ਤਾਂ ਫਿਰ ਉਹਦਾ ਕੋਈ ਹੱਲ ਨਹੀਂ, ਫਿਰ ਉਹਦਾ ਕੋਈ ਹੱਲ ਨਹੀਂ। ਹਾਂਜੀ, ਅਤੇ ਇਹ ਦੇਖੋ ਕਈ ਕੰਪਨੀਆਂ ਨੇ ਜੋ ਚਲਾਕੀ ਨਾਲ ਕਹਿਣਗੇ ਤੁਸੀਂ ਸਾਈਨ ਕਰ ਲਓ, ਕੋਈ ਕੋਈ ਗੱਲ ਨਹੀਂ, ਉਹ ਬਾਅਦ 'ਚ ਦੇਖ ਲਾਂਗੇ, ਤੁਸੀਂ ਸਾਈਨ ਕਰ ਲਓ। ਇੱਕ ਵਾਰੀ ਤੁਸੀਂ ਸਾਈਨ ਕਰ ਲਿਆ ਜੀ, ਤੁਸੀਂ ਫਸ ਗਏ। ਸੋ ਉਹਦਾ ਖਿਆਲ ਬਹੁਤ ਰੱਖਣਾ। ਅਤੇ ਇਹ ਕੰਟਰੈਕਟ ਵਗੈਰਾ ਕਿੰਨੀ ਕੁ ਦੇਰ ਦਾ ਹੁੰਦਾ ਹੈ, ਕੋਈ ਮਿਨੀਮਮ ਜਾਂ ਮੈਕਸੀਮਮ ਇਹਦੀ ਲਿਮਿਟ ਹੁੰਦੀ ਹੈ? ਮਿਨੀਮਮ ਵੀ ਇੰਨੀ ਦੇਰ ਦਾ ਕਰਨਾ ਪਏਗਾ ਜੇ ਅਸੀਂ ਫੈਕਟਰਿੰਗ ਦੀ ਗੱਲ ਕਰ ਰਹੇ ਹਾਂ। ਹਾਂਜੀ। ਅਤੇ ਜਾਂ ਨਹੀਂ ਕੋਈ ਲਿਮਿਟ ਹੁੰਦੀ ਵੀ ਘੱਟ ਤੋਂ ਘੱਟ ਸਾਲ ਦਾ ਕਰਨਾ ਚਾਹੀਦਾ, ਕਰਨਾ ਪੈਣਾ, ਜਾਂ 2 ਸਾਲ ਦਾ ਜਾਂ 1 ਸਾਲ ਦਾ, ਕਿੱਦਾਂ? ਜਿਹੜਾ ਮੋਸਟਲੀ ਹੁੰਦੇ ਨੇ, ਜਿਹੜੇ ਮੋਸਟਲੀ ਕੰਟਰੈਕਟ ਹੁੰਦੇ ਨੇ, ਸਾਲ ਦੇ ਹੀ ਕੰਟਰੈਕਟ ਹੁੰਦੇ ਨੇ। ਅੱਛਾ ਜੀ। ਸੋ ਸਾਲ ਦੇ ਵਿੱਚ ਤੁਸੀਂ ਉਹ ਕਰ ਸਕਦੇ ਹੋ। ਅਤੇ ਫਿਰ ਯਾਦ ਰੱਖਣਾ ਕਿ ਕੰਟਰੈਕਟ ਜਦੋਂ ਖਤਮ ਹੁੰਦਾ ਹੈ, ਤੁਹਾਡਾ ਸਾਲ ਖਤਮ ਹੁੰਦਾ, ਇਹਦਾ ਇਹ ਮਤਲਬ ਨਹੀਂ ਹੈ ਕਿ ਤੁਹਾਡਾ ਕੰਟਰੈਕਟ ਵੀ ਖਤਮ ਹੋ ਗਿਆ ਜੀ, ਕਿਉਂਕਿ ਉਹ ਹੈਗਾ ਵੇ ਐਵਰਗ੍ਰੀਨ ਕਲਾਜ਼, ਇਹਦਾ ਮਤਲਬ ਹੈ ਕਿ ਉਹ ਆਟੋ ਰੀਨਿਊ ਹੁੰਦਾ ਵੇ ਜੀ। ਸੋ ਕਈ ਮਿੱਤਰ ਸਾਡੇ ਸਾਨੂੰ ਕਾਲ ਕਰਦੇ ਨੇ, ਨਹੀਂ ਸਾਡਾ ਕੰਟਰੈਕਟ ਹੈ ਹੀ ਨਹੀਂ ਕਿਉਂਕਿ ਅਸੀਂ ਪਿਛਲੇ 6 ਮਹੀਨੇ ਪਹਿਲੇ ਸਾਡਾ ਕੰਟਰੈਕਟ ਉਹ ਹੋ ਗਿਆ ਸੀ। ਨਹੀਂ ਜੀ ਵੀਰ ਜੀ, ਇਹ ਗੱਲ ਨਹੀਂ ਹੈ, ਇਹ ਐਵਰਗ੍ਰੀਨ ਕਲਾਜ਼ ਹੈ, ਤੁਸੀਂ ਹਲੇ ਵੀ ਕੰਟਰੈਕਟ ਵਿੱਚ ਫਸੇ ਹੋਏ ਹੋ ਕਿਉਂਕਿ ਯੂ ਡਿਡਨਟ ਗਿਵ ਯੂਅਰ ਇੰਟੈਂਟ ਟੂ ਲੀਵ। ਇਹ ਬਹੁਤ ਵੱਡਾ ਪੁਆਇੰਟ ਹੈ, ਇਹ ਵੀ ਅਸੀਂ ਕਦੇ ਦੇਖਦੇ ਨਹੀਂ ਹੈਗੇ। ਔਰ ਤਕਰੀਬਨ ਔਨਲਾਈਨ ਵੀ ਕੁਛ ਕਰਦੇ ਹਾਂ ਤਾਂ ਉਹਦੇ 'ਚ ਹੁੰਦਾ ਵੀ ਆਟੋ ਤੁਹਾਨੂੰ ਹਰ ਮਹੀਨੇ ਇਹ ਹੋ ਜਾਣਾ। ਹਾਂਜੀ। ਪਰ ਉਹ ਅਸੀਂ ਦੇਖਦੇ ਨਹੀਂ ਹੈਗੇ ਵੀ ਕੰਟਰੈਕਟ ਜਿਹੜਾ ਇਹ ਕੋਈ ਵੀ ਕਰਦੇ ਹਾਂ, ਕੰਪਨੀ ਨਾਲ ਕਰਦੇ ਜਾਂ ਕਿਸੇ ਹੋਰ ਕੰਪਨੀ ਨਾਲ ਕਰਦੇ ਹੋ, ਬਿਲਕੁਲ ਉਹ ਸਾਲ ਦਾ ਕੰਟਰੈਕਟ ਅਗਰ ਤੁਸੀਂ ਉਹਨੂੰ ਜਾ ਕੇ ਨਹੀਂ ਰੱਦ ਕਰਦੇ ਜਾਂ ਈਮੇਲ ਨਹੀਂ ਕਰਦੇ ਪ੍ਰੋਪਰ, ਹਾਂਜੀ, ਤੇ ਉਹ ਕੰਟਰੈਕਟ ਆਟੋਮੈਟਿਕ ਰਿਨਿਊ ਹੋ ਜਾਣਾ। ਹਾਂਜੀ। ਤੇ ਜੇ ਰਿਨਿਊ ਹੋ ਗਿਆ ਮੰਨ ਲਓ ਕਿਸੇ ਦਾ, ਮਤਲਬ ਕਿਸੇ ਦਾ ਕੰਟਰੈਕਟ ਹੈਗਾ ਕਿਸੇ ਹੋਰ ਕੰਪਨੀ ਦਾ, ਹੁਣ ਕਿ ਚੱਲ 2 ਮਹੀਨੇ ਰਹਿ ਗਏ, 2 ਮਹੀਨੇ ਬਾਅਦ ਅਸੀਂ ਕੰਪਨੀ ਨਾਲ ਆ ਜਾਵਾਂਗੇ, ਹਾਂਜੀ, ਤੇ ਉਹਨੇ ਨਹੀਂ ਕਰਾਇਆ ਉਹ ਕੈਂਸਲ ਨਹੀਂ ਕਰਾਇਆ, ਅਤੇ ਜੇ ਆਟੋਮੈਟਿਕ ਰਿਨਿਊ ਹੋ ਗਿਆ ਤਾਂ ਕੋਈ ਹੈਗੀ ਇਹੋ ਜਿਹੀ ਕਲੋਜ਼ ਕਿ 1 ਜਾਂ 2 ਦਿਨ 10 ਦਿਨ ਦੇ ਵਿੱਚ ਜਾ ਕੇ ਅਸੀਂ ਉਹਨੂੰ ਰੱਦ ਕਰ ਸਕਦੇ? ਨਹੀਂ ਜੀ, ਅਸੀਂ ਤੁਹਾਨੂੰ ਟੱਚ ਨਹੀਂ ਕਰ ਸਕਦੇ ਉਸ ਟਾਈਮ 'ਤੇ, ਕਿਉਂਕਿ ਦੇਖੋ ਹਰ ਇੱਕ ਕੰਪਨੀ ਦੇ ਕੋਲ ਆਪਣੇ ਉਹ ਹੈਗੇ ਨੇ, ਇਹ ਕੰਟਰੈਕਟ ਲਿਖਿਆ ਹੁੰਦਾ ਹੈ। ਹੁਣ ਕੰਪਨੀ ਵਿੱਚ ਜਾਂ ਕਿਸੇ ਹੋਰ ਕੰਪਨੀ ਵਿੱਚ ਇਹ ਕਹਿ ਸਕਦੇ ਨੇ ਚਲੋ 60 ਤੋਂ ਲੈ ਕੇ 75 ਡੇਜ਼ ਵਿੱਚ ਤੁਸੀਂ ਸਾਨੂੰ ਦੇਣੀ ਹੈ ਚਿੱਠੀ ਕਿ ਮੈਂ ਜਾਣਾ ਚਾਹੁੰਦਾ ਹਾਂ ਜੀ। ਹੁਣ ਕਈ ਹੈਗੇ ਨੇ ਕਿ 90 ਡੇਜ਼ ਪਹਿਲੇ ਸਾਨੂੰ, 90 ਤੋਂ 80 ਡੇਜ਼ ਪਹਿਲੇ ਸਾਨੂੰ, 80 ਦਿਨ ਪਹਿਲੇ ਸਾਨੂੰ ਚਾਹੀਦੇ ਨੇ ਰਾਈਟਿੰਗ ਵਿੱਚ। ਕਈ ਕਹਿੰਦੇ ਨੇ ਨੋਟਰਾਈਜ਼ ਵੀ ਚਾਹੀਦੀ ਹੈ, ਕਈ ਕਹਿੰਦੇ ਨੇ ਕਿ ਈਮੇਲ ਅਸੀਂ ਐਕਸੈਪਟ ਨਹੀਂ ਕਰਦੇ। ਸੋ ਇਹ ਜਿਹੜੀਆਂ ਚੀਜ਼ਾਂ ਨੇ ਕੰਟਰੈਕਟ ਵਿੱਚ ਲਿਖੀਆਂ ਹੁੰਦੀਆਂ ਨੇ, ਤੁਸੀਂ ਬੈਠ ਕੇ ਪਹਿਲੇ ਕੰਟਰੈਕਟ ਪੜ੍ਹੋ, ਅਤੇ ਜੇ ਤੁਸੀਂ ਚਾਹੁੰਦੇ ਹੋ, ਆਈ ਐਮ ਮੋਰ ਦੈਨ ਹੈਪੀ ਕਿ ਮੈਂ ਤੁਹਾਡੇ ਨਾਲ ਫੋਨ 'ਤੇ ਬੈਠ ਕੇ ਉਹ ਕੰਟਰੈਕਟ ਤੁਹਾਡੇ ਨਾਲ ਆਲ ਗੋ ਥਰੂ ਇਟ ਜੀ, ਹਾਂਜੀ, ਕਰ ਸਕਦੇ ਹੋ। ਸੋ ਇਹ ਕੰਟਰੈਕਟ ਕਿਤੇ ਵੀ ਕਰਦੇ ਹਾਂ ਜੀ, ਬਹੁਤ ਧਿਆਨ ਰੱਖਣਾ ਪੈਣਾ, ਚਾਹੇ ਕਿਸੇ ਨਾਲ ਵੀ ਕਰਦੇ ਹੋ। ਕੰਪਨਸ ਫੰਡਿੰਗ ਦੀ ਗੱਲ ਅਸੀਂ ਇਸ ਕਰਕੇ ਥੋੜ੍ਹਾ ਜਿਹਾ ਕੌਨਫੀਡੈਂਸ ਨਾਲ ਕਹੀਦਾ ਕਿ ਦਵਿੰਦਰ ਜੀ ਨੂੰ ਅਸੀਂ ਪਰਸਨਲੀ ਜਾਣਦੇ ਹਾਂ, ਇਹਨਾਂ ਦੀ ਨੇਚਰ ਪਰਸਨਲੀ ਜਾਣਦੇ ਹਾਂ। ਇਹ ਮਤਲਬ ਕਿਸੇ ਦਾ ਠੱਗੀ ਠੋਰੀ ਵਾਲੀ ਗੱਲ ਤਾਂ ਬਹੁਤ ਦੂਰ ਦੀ ਗੱਲ ਹੈ, ਇਹੋ ਜਿਹੀ ਨੇਚਰ ਇਹਨਾਂ ਦੀ ਹੈਗੀ ਆ।
रब नूं मन्नण वाले ने कि किसी का कोई माड़ा सोचते भी नहीं है। सो इस करके असीं विश्वास नाल कह सकते हैं भी माड़ी सलाह जिहड़ी है यह तुहानूं बिल्कुल नहीं देणगे। तो अखीर दे विच मैं यह पुछना चाहुंदा दविंदर जी भी जिहड़ी यह फैक्टरिंग की गल करदे आ ਤੁਸੀਂ ਕਿੰਨੇ ਦਿਨਾਂ 'ਚ ਪੈਸਾ ਦੇ ਦਿੰਦੇ ਹੋ ਮਿਨੀਮਮ ਜਾਂ ਮੈਕਸੀਮਮ ਜੇ ਤੁਹਾਡੇ ਨਾਲ ਕੋਈ ਅਨਰੋਲ ਹੁੰਦਾ ਅਨਾਲਿਸਿਸ ਵਾਸਤੇ? ਦੇਖੋ 24 ਘੰਟੇ ਦੇ ਵਿੱਚ ਜਾਂ 24 ਘੰਟੇ 'ਚ ਜਾਂ 2 ਦਿਨ 'ਚ ਬੇਸ਼ੱਕ 2 ਦਿਨ ਵਿੱਚ ਤੁਹਾਨੂੰ ਪੈਸੇ ਮਿਲ ਜਾਣਗੇ ਜੀ। ਜੇ ਤੁਹਾਡੇ ਕੋਲ BOL ਹੈਗਾ ਵੇ, ਜੇ ਤੁਹਾਡੇ ਕੋਲ ਇਨਵੋਇਸ ਤੁਸੀਂ ਟਰਨ ਇਨ ਕੀਤੀ ਹੋਈ ਹੈ ਅਤੇ ਰੇਟ ਕਨਫਰਮੇਸ਼ਨ ਦਿੱਤੀ ਹੋਈ ਹੈ ਅਤੇ ਅਸੀਂ ਕਨਫਰਮ ਕਰ ਦਿੱਤਾ ਬ੍ਰੋਕਰ ਦੇ ਨਾਲ, ਤੁਹਾਨੂੰ ਪੈਸੇ ਮਿਲ ਜਾਣਗੇ 24 ਘੰਟੇ ਤੋਂ ਲੈ ਕੇ 2 ਦਿਨਾਂ 'ਚ ਜੀ। ਚਲੋ ਜੀ, ਬਹੁਤ ਵਧੀਆ ਗੱਲਾਂ ਹੋਈਆਂ ਦਵਿੰਦਰ ਜੀ ਨਾਲ। ਤੁਸੀਂ ਵੀ ਕੋਈ ਤੁਹਾਡਾ ਸਵਾਲ ਹੋਵੇ ਤਾਂ ਸਕਰੀਨ 'ਤੇ ਨੰਬਰ ਆ ਰਿਹਾ। ਇਹ ਗੱਲ ਅਸੀਂ 3-4 ਕੀਤੀਆਂ ਨੇ, ਇੰਸ਼ੋਰੈਂਸ ਕਰਾਉਣੀ ਹੋਵੇ ਟਰੱਕਾਂ ਦੀ, ਟਰੱਕਾਂ ਦਾ ਲੋਨ ਕਰਾਉਣਾ ਹੋਵੇ, ਟਰੱਕ ਟ੍ਰੇਲਰ ਲੈਣਾ ਹੋਵੇ, ਨਾਲ ਦੀ ਨਾਲ ਫਿਊਲ ਕਾਰਡ ਡਿਸਕਾਊਂਟਡ ਫਿਊਲ ਕਾਰਡ ਲੈਣਾ ਹੋਵੇ ਤਾਂ ਨਾਲ ਦੀ ਨਾਲ ਤੁਸੀਂ ਇਨਵਾਇਸ ਆਪਣੀ ਇਹਨਾਂ ਨੂੰ ਦੇਣੀ ਹੋਵੇ, ਫੈਕਟਰਿੰਗ ਕਰਨੀ ਹੋਵੇ ਤਾਂ ਕਿਸੇ ਵੀ ਕੰਮ ਵਾਸਤੇ ਸੰਪਰਕ ਕਰ ਸਕਦੇ ਹੋ 1-888-360-4437। ਬਹੁਤ ਬਹੁਤ ਧੰਨਵਾਦ ਘਰਾਂ ਵਿੱਚ ਬੈਠੇ ਦਰਸ਼ਕਾਂ ਦਾ ਵੀ, ਬਹੁਤ ਬਹੁਤ ਧੰਨਵਾਦ ਦਵਿੰਦਰ ਜੀ ਤੁਹਾਡਾ, ਬਹੁਤ ਬਹੁਤ ਸਤਿ ਸ਼੍ਰੀ ਅਕਾਲ, ਮਿਹਰਬਾਨੀ ਜੀ ਬਹੁਤ।